ਮਾਈ ਟੀਵੀ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਆਗਿਆਪਾਲ ਸਿੰਘ ਬਾਠ ਔਰ ਪੌਲ ਬਾਟ ਇੱਕ ਵਾਰ ਫਿਰ ਵਾਸ਼ਿੰਗਟਨ DC ਮਾਈ ਟੀਵੀ ਦੇ ਸਟੂਡੀਓ 'ਚੋਂ ਤੁਹਾਡਾ ਆਪਣਾ ਪ੍ਰੋਗਰਾਮ DC ਨਾਈਟ ਵਿਦ ਪੌਲ ਬਾਟ ਲੈ ਕੇ ਦਰ ਹਾਜ਼ਰ ਹੈ। ਔਰ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਗੈਸਟ ਇਸ ਪ੍ਰੋਗਰਾਮ 'ਤੇ ਹਾਜ਼ਰ ਨੇ, ਜਿਹੜਾ ਆਪਣੇ ਆਪ 'ਚ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਇਹ ਪ੍ਰੋਗਰਾਮ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ। ਸੋ ਵਧਾਈਆਂ ਦੇ ਪਾਤਰ ਤੁਸੀਂ ਸਾਰੇ, ਮੁਬਾਰਕਾਂ ਸਾਰਿਆਂ ਨੂੰ ਇਸ ਗੱਲ ਦੀਆਂ। ਸੋ ਵਿਦਾਊਟ ਵੇਸਟਿੰਗ ਐਨੀ ਟਾਈਮ, ਤੁਹਾਡੀ ਇਜਾਜ਼ਤ ਦੇ ਨਾਲ ਜੀ ਆ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਟੂ ਮਾਈ ਰਾਈਟ ਆਪਣੇ ਲੋਕਲ ਪੋਲੀਟੀਕਲ ਫਿਗਰ, ਜਾਣੀ ਪਛਾਣੀ ਉਹ ਸ਼ਖਸੀਅਤ ਜਿਹੜੇ ਕਿ ਅਮੈਰੀਕਨ ਰਾਜਨੀਤੀ ਦੇ ਵਿੱਚ ਕਾਫੀ ਮੱਲਾਂ ਮਾਰ ਰਹੇ ਨੇ, ਸਰਦਾਰ ਮਹਿਤਾਬ ਸਿੰਘ ਕਾਲੋ ਹੁਣੀ। ਮੇਰੇ ਖੱਬੇ ਹੱਥ ਪੰਜਾਬ ਦੀ ਮੌਜੂਦਾ ਸਰਕਾਰ ਦੇ ਨੁਮਾਇੰਦੇ ਸਰਦਾਰ ਹਰਮਿੰਦਰ ਸਿੰਘ ਜਾਖੜ ਸਾਹਿਬ, ਜੋ ਪ੍ਰਧਾਨ ਵਰਜੀਨੀਆ ਦੇ ਨੇ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ। ਅਤੇ ਟੂ ਐਕਸਟ੍ਰੀਮ ਲੈਫਟ ਸਰਦਾਰ ਸਤਪਾਲ ਸਿੰਘ ਬਰਾੜ, ਜੋ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅਮੈਰੀਕਾ ਦੇ ਅਤੇ ਨਾਲ ਹੀ ਚੀਫ ਸਪੋਕਸਮੈਨ ਨੇ ਅਮੈਰੀਕਾ ਦੇ। ਸੋ ਸਾਰੇ ਗੈਸਟ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਰੀਸੈਂਟਲੀ ਪੰਜਾਬ ਦੀ ਫੇਰੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੁਆਰਾ ਜਸਟਿਨ ਟਰੂਡੋ ਨੇ ਕੀਤੀ ਹੈ, ਜਿਹਦੀ ਬੜੀ ਚਰਚਾ ਹਰੇਕ ਰੇਡੀਓ ਹਰੇਕ TV ਨੇ ਕੀਤੀ ਹੈ। ਅਸੀਂ ਵੀ ਸੋਚਿਆ ਕਿ ਕਿਉਂ ਨਾ ਲੋਕਲ ਜੋ ਸਾਡੀ ਸਿੱਖ ਕਮਿਊਨਿਟੀ ਬੈਠੀ ਹੈ ਉਹਨਾਂ ਦਾ ਪਹਿਲੂ ਤੁਹਾਡੇ ਅੱਗੇ ਰੱਖਿਆ ਜਾਵੇ ਔਰ ਨਾਲ ਹੀ ਨਾਲ ਰਾਜਨੀਤਿਕ ਪੱਖ ਵੀ ਵਿਚਾਰਿਆ ਜਾ ਸਕੇ। ਸੋ ਇਸੇ ਕਰਕੇ ਹਿਮ ਬੀਂਗ ਏ ਕਾਮਨ ਸਿੱਖ ਐਂਡ ਦੀਸ ਟੂ ਜੈਂਟਲਮੈਨ ਬੀਂਗ ਪੋਲੀਟੀਕਲ ਔਰ ਮੈਂ ਤੁਹਾਡਾ ਇੱਕ ਆਮ ਨੁਮਾਇੰਦਾ, ਅਸੀਂ ਇਸ ਉਪਰਾਲੇ ਨੂੰ ਲੈ ਕੇ ਆਇਆ। ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਫੋਰਮੈਟ ਦੱਸਦਾ, ਵੀ ਆਰ ਹੇਅਰ ਟੂ ਰਿਸਪੈਕਟ ਈਚ ਅਦਰ, ਰਿਸਪੈਕਟ ਦ ਕੋਜ਼। ਔਰ ਸਭ ਤੋਂ ਵੱਡੀ ਗੱਲ ਇਹ ਹੈ ਜੀ, ਸਾਡੀ ਜਿਹੜੀ ਮੈਂ ਅਕਸਰ ਕਿਹਾ ਕਰਦਾ ਪੰਜਾਬੀ 'ਚ ਕਿ ਕਬੀਲਾ ਪਾਲਣਾ ਪਹਿਲਾ ਫਰਜ਼ ਹੈ ਸਾਡਾ ਪੰਜਾਬੀ ਦਾ, ਕਿ ਅਸੀਂ ਲੋਕਲ ਆਪਣਾ ਕਬੀਲਾ ਪਾ ਕੇ ਰੱਖੀਏ। ਸੋ ਸਾਡੀ ਜਿਹੜੀ ਸਾਂਝ ਹੈ, ਭਾਈਚਾਰਕ ਸਾਂਝ ਹੈ, ਉਸ ਨੂੰ ਗੂੜਾ ਬਣਾ ਕੇ ਰੱਖਣਾ। ਸੋ ਮੇਰਾ ਇਹ ਉਪਰਾਲਾ ਰਹੇਗਾ ਕਿ ਕਿਸੇ ਵੀ ਐਸੇ ਸ਼ਬਦ ਜਾਂ ਟੋਨ ਦੀ ਵਰਤੋਂ ਨਾ ਕੀਤੀ ਜਾਵੇ ਜਿਹਦੇ ਨਾਲ ਮੇਰੇ ਕੋਈ ਵੀ ਗੈਸਟ ਅਫੈਂਡ ਹੋਣ। ਅਗਰ ਹੋਵੇ ਤਾਂ ਮੈਂ ਪਹਿਲਾਂ ਹੀ ਮਾਫੀ ਚਾਹੁੰਦਾ। ਮੇਰੇ ਲਈ ਇਹ ਸਾਰੇ ਇੱਕ ਸਤਿਕਾਰ ਰੱਖਦੇ ਨੇ ਜੀ, ਸਤਿਕਾਰਯੋਗ ਨੇ। ਸੋ ਸਭ ਤੋਂ ਪਹਿਲਾਂ ਫਾਰਮੈਟ ਇਹ ਹੈ ਕਿ ਸਭ ਨੂੰ ਕੁਸ਼ਚਨ ਪੁੱਛਿਆ ਜਾਏਗਾ, ਟਾਈਮ ਦਿੱਤਾ ਜਾਏਗਾ, ਇਨਫ ਟਾਈਮ ਫੋਰ ਦੈਮ ਟੂ ਪ੍ਰਜੈਂਟ ਦੇਅਰ ਵਿਊਜ਼ ਔਨ ਇਟ। ਸਭ ਤੋਂ ਪਹਿਲਾਂ ਮੈਂ ਪੰਜਾਬ ਦੀ ਧਿਰ ਜਿਹੜੀ ਇਸ ਟਾਈਮ ਮੌਜੂਦ ਹੈ, ਕਾਂਗਰਸ ਪਾਰਟੀ ਹੈ, ਉਹਨਾਂ ਦੇ ਨੁਮਾਇੰਦੇ ਨੂੰ ਜਾਖੜ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਾਖੜ ਸਾਹਿਬ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ, ਐਜ਼ ਏ ਸਿੱਖ ਤੁਹਾਡਾ ਇਸ ਫੇਰੀ ਪ੍ਰਤੀ ਕੀ ਪ੍ਰਤੀਕਰਮ ਹੈ, ਤੁਹਾਡੇ ਕੀ ਵਿਊਜ਼ ਨੇ ਕਿ ਜੋ ਟੂਡੋ ਸਾਹਿਬ ਦੀ ਪੰਜਾਬ 'ਤੇ ਫੇਰੀ ਹੋਈ ਹੈ? ਜੀ, ਬਹੁਤ ਵਧੀਆ ਮੇਰੇ ਵਿਊਜ਼ ਹੈ ਇਹਦੇ ਬਾਰੇ ਜੀ। ਬਹੁਤ ਵਧੀਆ ਫੇਰੀ ਸੀਗੀ ਸਿੱਖਾਂ ਵਾਸਤੇ, ਖਾਸ ਕਰਕੇ ਪੰਜਾਬੀਆਂ ਵਾਸਤੇ ਜਿਹੜੇ ਕੈਨੇਡਾ 'ਚ ਬੈਠੇ ਆ ਉਹਨਾਂ ਵਾਸਤੇ, ਅਤੇ ਸਾਰੇ ਪੰਜਾਬ ਵਾਸਤੇ, ਅਤੇ ਈਵਨ ਕਿ ਹਿੰਦੁਸਤਾਨ ਵਾਸਤੇ ਵੀ ਬਹੁਤ ਵਧੀਆ ਫੇਰੀ ਹੈ। ਸੋ ਐਜ਼ ਏ ਸਿੱਖ ਤੁਸੀਂ ਪ੍ਰਾਊਡ ਹੋ? ਬਿਲਕੁਲ ਪ੍ਰਾਊਡ ਹੈ। ਵਰਸਾ, ਸਭ ਤੋਂ ਪਹਿਲਾਂ ਤਾਂ ਮੈਂ MITV ਤੁਹਾਡਾ, ਤੁਹਾਡੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਅਹਿਮ ਮੁੱਦੇ 'ਤੇ ਸੱਦ ਕੇ ਸਾਨੂੰ ਸਟੂਡੀਓ 'ਚ ਇਨਵਾਈਟ ਕੀਤਾ। ਥੈਂਕ ਯੂ ਵੈਰੀ ਮੱਚ। ਯੂ ਵੈਲਕਮ ਸਰ। ਦੂਸਰਾ, ਬੜਾ ਤੁਸੀਂ ਅਹਿਮ ਸਵਾਲ ਪੁੱਛਿਆ ਔਰ ਬੜਾ ਇਹ ਕਰੰਟ ਮਸਲਾ, ਜਿਸ ਤਰ੍ਹਾਂ ਜਾਖੜ ਸਾਹਿਬ ਨੇ ਦੱਸਿਆ, ਮੈਂ ਇਹਨਾਂ ਦੀ ਗੱਲ ਨਾਲ ਪੂਰਨ ਤੌਰ 'ਤੇ ਸਹਿਮਤ ਹਾਂ ਵੀ ਟਰੂਡੋ ਸਾਹਿਬ ਦੀ ਮੌਜੂਦਾ ਫੇਰੀ ਹੈ ਜਿਹੜੀ, ਉਹ ਬੜੀ ਸਹੀ ਸਮੇਂ ਦੀ ਸੀ ਔਰ ਬੜੀ ਜ਼ਰੂਰੀ ਸੀ। ਇਹ ਗੱਲ ਵੱਖਰੀ ਹੈ ਕਿ ਉਹ ਫੇਰੀ ਤੋਂ ਉਹ ਰਿਜ਼ਲਟ ਨਹੀਂ ਆ ਸਕੇ ਜਿਨ੍ਹਾਂ ਦੀ ਸਾਡੇ NRIs ਭਰਾਵਾਂ ਨੂੰ ਜਾਂ ਸਾਡੇ ਐਜ਼ ਏ ਸਿੱਖ, ਜਿਸ ਤਰ੍ਹਾਂ ਅਸੀਂ ਕੈਨੇਡਾ ਦੇ ਵਿੱਚ ਪਾਵਰਫੁੱਲ ਹੈ, ਵੀ ਐਕਸਪੈਕਟ, ਬਟ ਸਟਿਲ ਵੀ ਐਪਰੀਸ਼ੀਏਟ ਐਂਡ ਵੀ ਵੈਲਕਮ ਟਰੂਡੋ ਸਾਹਿਬ ਦਾ ਜੋ ਭਲਾ ਫੇਰੀ ਹੋ ਚੁੱਕੀ, ਸਟਿਲ ਵੀ ਵਾਂਟ ਟੂ ਵੈਲਕਮ ਐਂਡ ਉਮੀਦ ਰੱਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਫੇਰੀਆਂ ਚੱਲਦੀਆਂ ਰਹਿਣਗੀਆਂ। ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਜੀ, ਇਹ ਕਿੰਨੀ ਕੁ ਪ੍ਰਭਾਵਸ਼ਾਲੀ ਰਹੀ ਹੈ ਜੀ, ਕਿੰਨੀ ਨਹੀਂ, ਉਹ ਆਪਣਾ ਅਗਲਾ ਸਵਾਲ ਹੋਏਗਾ। ਫਿਲਹਾਲ ਸੇਮ ਸਵਾਲ ਹਾਂਜੀ ਸਾਹਿਬ, 17 February 2018 ਨੂੰ ਜਿਹੜੀ 8 ਦਿਨ ਦੀ ਜਸਟਿਨ ਟਰੂਡੋ ਬੀਂਗ ਏ ਕੈਨੇਡੀਅਨ ਪ੍ਰਾਈਮ ਮਿਨਿਸਟਰ ਫੇਰੀ ਸੀਗੀ, ਉਹ ਪੰਜਾਬ ਵਾਸਤੇ, ਪੰਜਾਬੀ ਇਸ ਵਾਸਤੇ ਅਤੇ ਸਿੱਖਾਂ ਵਾਸਤੇ, ਨਾ ਸਿਰਫ ਜਿਹੜੇ ਪੰਜਾਬ 'ਚ ਵੱਸਦੇ ਹਨ ਅਤੇ ਜਿਹੜੇ ਦੁਨੀਆਂ 'ਚ ਕਿਤੇ ਵੀ ਵੱਸਦੇ ਆ ਉਹਨਾਂ ਵਾਸਤੇ ਬੜੇ ਮਾਣ ਦੀ ਗੱਲ ਹੈ, ਬੜੇ ਇਹ ਸਤਿਕਾਰ ਦੀ ਗੱਲ ਹੈ ਕਿ ਇੱਕ ਵੈਸਟਰਨ ਪਾਵਰ ਦਾ ਜਿਹੜਾ ਹੈੱਡ ਆਫ ਦਾ ਸਟੇਟ ਆ ਉਹ ਇੱਕ ਨਿਮਾਣੇ ਸ਼ਰਧਾਲੂ ਵਾਂਗੂ ਪੰਜਾਬਾਂ ਦੀ, ਸਿੱਖਾਂ ਦੀ ਜਿਹੜੀ ਕੋਮਨ ਅਤੇ ਸਭ ਤੋਂ ਪਾਵਰਫੁੱਲ ਅਤੇ ਮੋਸਟ ਰਿਸਪੈਕਟਿਡ ਜਗ੍ਹਾ ਹੈ, ਉਹਨਾਂ ਨੇ ਦਰਬਾਰ ਸਾਹਿਬ ਵੀ ਜਾ ਕੇ ਮੱਥਾ ਟੇਕਿਆ। ਸੋ ਇਹਦੇ ਵਾਸਤੇ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ, ਨਾਲ ਹੀ ਜਿਹੜੇ ਵੀ ਡਾਇਸਪੋਰਾ ਸਿੱਖ ਆ ਉਹ ਵੀ ਵਧਾਈ ਦੇ ਪਾਤਰ ਨੇ, ਕੋਈ ਸ਼ੱਕ ਨਹੀਂ, ਖਾਸ ਤੌਰ 'ਤੇ ਜਿਹੜੇ ਸਾਡੇ ਪੰਜਾਬੀ ਕੈਨੇਡਾ ਦੇ ਵਿੱਚ ਵੱਸਦੇ ਨੇ, ਇਹ ਸਭ ਕੁਛ ਉਹਨਾਂ ਦੇ ਬਦੌਲਤ ਹੀ ਸੰਭਵ ਹੋਇਆ। ਜਾਖੜ ਸਾਹਿਬ ਕਾਂਗਰਸ ਪਾਰਟੀ ਪ੍ਰਧਾਨ ਹੈ, ਤੁਸੀਂ ਇਸ ਨੂੰ
ਜੇ ਆਪਾਂ 1 to 10 ਦੇ ਸਕੇਲ 'ਤੇ ਲੈਂਦੇ ਹਾਂ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਸੀਂ ਕਿੱਥੇ ਇਸ ਫੇਰੀ ਨੂੰ ਬੀਇੰਗ ਦ ਰੂਲਿੰਗ ਪਾਰਟੀ ਤੁਸੀਂ ਕਿੱਥੇ ਕੁ ਤੱਕ ਸਹਿਮਤ ਹੋ ਕੇ ਜਾਂ ਕਿੱਥੇ ਫੀਲ ਕਰਦੇ ਹੋ ਕਿ ਅਸੀਂ ਪਹੁੰਚੇ 1 to 10 ਸਕੇਲ ਦੇ ਵਿੱਚ? ਕਾਂਗਰਸ ਪਾਰਟੀ ਵੱਲੋਂ ਜੇ ਸੋਚਿਆ ਜਾਵੇ, ਪੰਜਾਬ ਗੌਰਮੈਂਟ ਵੱਲੋਂ ਸੋਚਿਆ ਜਾਵੇ ਤਾਂ ਇਹਦਾ ਸਕੇਲ ਸਾਡੇ ਵੱਲੋਂ ਤਾਂ 10 ਹੀ ਗਿਣਿਆ ਜਾਂਦਾ ਹੈ। ਲੇਕਿਨ ਆਲ ਓਵਰ ਜੇ ਇਹਦੀ ਫੇਰੀ ਨੂੰ ਜੇ ਤੁਸੀਂ ਦੇਖਿਆ ਜਾਵੇ ਅਕੋਰਡਿੰਗ BJP ਔਰ ਹੋਰ ਦੂਜੀਆਂ ਪਾਰਟੀਆਂ ਜਾਂ ਮੌਜੂਦਾ ਸੈਂਟਰ ਸਰਕਾਰ ਦੇ ਨੇ ਜੋ ਉਹਨਾਂ ਦੀ ਜਿਸ ਤਰ੍ਹਾਂ ਦੀ ਕੀਤੀ ਹੈ ਉਹਦਾ ਸਕੇਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਚਲੋ ਬਾਲਸਾ, ਬਾਲਸਾ ਸਭ ਤੋਂ ਪਹਿਲਾਂ ਤਾਂ ਵੀ ਮੈਂ ਇਹ ਜ਼ਰੂਰ ਕਹਿਣ 'ਚ ਕੋਈ ਹਿਚਕਿਚਾਊਂਗਾ ਨਹੀਂ ਗਾ ਕਿ ਜੋ ਟੁੱਡੋ ਸਾਹਿਬ ਦੀ ਜਿੰਨੀ ਫੇਰੀ ਨੂੰ ਜਿੰਨੀ ਇੰਪੋਰਟੈਂਸ ਦੇਣੀ ਸੀ ਉਹ ਕਿਸੇ ਕਾਰਨ ਕੇਂਦਰ ਨੇ ਦਿੱਤੀ ਨਹੀਂ ਗੀ। ਭਲਾ ਅਸੀਂ ਭਾਈਵਾਲ ਹਾਂ ਉਹਦੇ ਵਿੱਚ, ਪਰ ਬੀਇੰਗ ਏ ਸਿੱਖ, ਬੀਇੰਗ ਏ NRI ਅਸੀਂ ਓਬਜ਼ਰਵ ਕਰਨ ਤੋਂ ਅੱਖਾਂ ਨਹੀਂ ਮੀਚ ਸਕਦੇ। ਉਹਨਾਂ ਨੂੰ ਉਹ ਰਿਸਪੈਕਟ ਨਹੀਂ ਦਿੱਤੀ ਗਈ, ਪਰ ਹਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਅੱਖੋਂ ਪਰੋਖੋ ਕੀਤਾ ਗਿਆ, ਸਾਨੂੰ ਇਹਦਾ ਵੀ ਦੁੱਖ ਹੈ ਕਿਉਂਕਿ ਕੈਪਟਨ ਸਾਹਿਬ ਨੇ ਉਹਨਾਂ ਨੂੰ ਪਹਿਲਾਂ ਤਾਂ ਮਿਲਣ ਤੋਂ ਤਕਰੀਬਨ ਨਾਂਹ ਕਰਤੀ ਸੀ। ਔਰ ਇਸ ਤੋਂ ਪਹਿਲਾਂ ਵੀ ਕੈਪਟਨ ਸਾਹਿਬ ਦਾ ਰਵੱਈਆ ਜੋ ਜਿਸ ਤਰ੍ਹਾਂ ਸੱਜਣ ਸਾਹਿਬ ਗਏ ਸੀ ਉਦੋਂ ਵੀ ਉਹਨਾਂ ਨੇ ਮਤਲਬ ਮੂੰਹ ਪਾਸੇ ਕਰੀ ਰੱਖਿਆ। ਮੈਂ ਮੰਨਦਾ ਕਿ ਇਸ ਤਰ੍ਹਾਂ ਦੇ ਜੇ ਸਾਡੇ ਜੋ ਜਿਸ ਤਰ੍ਹਾਂ ਕੈਨੇਡਾ ਨਾਲ ਸਾਡੇ ਸੰਬੰਧ ਹੈ ਜਾਂ ਕੈਨੇਡਾ ਦੇ ਵਿੱਚ ਸਿੱਖ ਡਾਇਸਪੋਰਾ ਪਾਵਰ ਦੇ ਵਿੱਚ ਹੈ, ਟੁੱਡੂ ਸਾਹਿਬ ਇਕੱਲੇ ਪ੍ਰਾਈਮ ਮਿਨਿਸਟਰ ਹੈ, ਨਾਲ ਉਹਨਾਂ ਦੇ ਸਾਡਾ ਸਿੱਖ ਭਾਈਚਾਰਾ ਕੈਬਨਿਟ ਦੇ ਵਿੱਚ ਹੈ, ਸਾਡੇ ਰੱਖਿਆ ਮੰਤਰੀ ਸੱਜਣ ਸਾਹਿਬ ਹੈ, ਬਤੌਰ ਸਿੱਖ ਬਤੌਰ ਪੰਜਾਬੀ ਬਤੌਰ ਪੰਜਾਬੀ ਦੇ ਤੌਰ 'ਤੇ ਸਾਡੇ ਵਾਸਤੇ ਮਾਣਨੀ ਗਾ। ਉਹਨਾਂ ਨੂੰ ਉਹ ਸਤਿਕਾਰ ਕਾਂਗਰਸ ਵੱਲੋਂ ਦਿੱਤਾ ਨਹੀਂ ਗਿਆ। ਔਰ ਪਰ ਇੰਨੀ ਕਿ ਅਸੀਂ ਜ਼ਰੂਰ ਤਸੱਲੀ ਪ੍ਰਗਟ ਕਰ ਦੇਵਾਂਗੇ ਜਿਸ ਤਰ੍ਹਾਂ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਜੋ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਖੁਦ ਜ਼ਿੰਮੇਵਾਰੀ ਲਈ ਔਰ ਜਿਸ ਤਰ੍ਹਾਂ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ VVIP ਉਹਨਾਂ ਨੂੰ ਰਿਸੈਪਸ਼ਨ ਦਿੱਤੀ ਗਈ ਉਹਦੇ ਤੋਂ ਸਾਡੇ ਮਨ ਨੂੰ ਬੜੀ ਤਸੱਲੀ। ਅਸੀਂ ਸਮਝਦੇ ਹਾਂ ਕਿ ਟੁੱਡੂ ਸਾਹਿਬ ਇਸ ਚੀਜ਼ ਨੂੰ ਜ਼ਰੂਰ ਅੰਡਰਲਾਈਨ ਕਰਨਗੇ ਕਿ ਜੋ ਪੰਜਾਬ ਦੇ ਸਿੱਖ ਹੈ ਉਹਨਾਂ ਨੇ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ। ਮੇਰਾ ਫੋਲੋਅਪ ਕੁਐਸਚਨ ਤੁਹਾਡੇ ਲਈ ਇਸ ਵਿਸ਼ੇ 'ਤੇ ਹੈਗਾ, ਕਿਉਂਕਿ ਤੁਸੀਂ BJP ਜੋ ਸੈਂਟਰ 'ਚ ਰਾਜ ਕਰ ਰਹੀ ਹੈ ਉਹਦੇ ਭਾਈਵਾਲ ਹੋ, ਪਰ ਮੈਂ ਉਹ ਹੋਲਡ ਕਰਕੇ ਰੱਖਾਂਗਾ ਹਾਲੇ। ਮੈਂ ਮੌਕਾ ਦੇਣਾ ਚਾਹੁੰਦਾ ਕਾਲੋ ਸਾਹਿਬ ਨੂੰ, ਕਾਲੋ ਸਾਹਿਬ ਵੀ ਬੀਇੰਗ ਵੈਰੀ ਫੇਅਰ ਟੂ ਦੈਮ, ਮੇਰਾ ਆਪਣਾ ਵਿਚਾਰ ਹੈ ਕਿ ਇੱਕ ਕੰਟਰੀ ਦਾ ਨੁਮਾਇੰਦਾ ਪਹੁੰਚਦਾ ਹੈੱਡ ਆਫ ਦਾ ਸਟੇਟ, ਖਾਸ ਕਰਕੇ ਜੋ ਜਿਸ ਨੇ ਸਿੱਖਾਂ ਦੇ ਮਾਣ ਸਨਮਾਨ ਨੂੰ ਬਹੁਤ ਉੱਚਾ ਚੱਕਿਆ। ਪਹਿਲੀ ਗੱਲ, ਪ੍ਰਾਈਮ ਮਿਨਿਸਟਰ ਉੱਥੇ ਪਹੁੰਚੇ ਅਤੇ ਸਾਡਾ ਪ੍ਰਾਈਮ ਮਿਨਿਸਟਰ ਨੂੰ ਰਿਸੀਵ ਨਾ ਕਰੇ, ਜਦੋਂ ਕਿ ਮੈਂ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਪਰ ਮੈਂ ਜਜ਼ਬਾਤੀ ਹੋਇਆ ਗਲਤ ਵਰਤਾਂਗਾ, ਆਮ ਛੋਟੇ ਛੋਟੇ ਕੰਟਰੀਆਂ ਦਾ ਜਦੋਂ ਕੋਈ ਹੈੱਡ ਪਹੁੰਚਦਾ ਉੱਥੇ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਹੀ ਇਜ਼ ਰਾਈਟ ਦੇਅਰ ਟੂ ਰਿਸੀਵ ਦਮ ਵਿਦ ਓਪਨ ਆਰਮਸ। ਇੱਕ ਤਾਂ ਇਹ ਗੱਲ ਹੋ ਗਈ। ਦੂਸਰੀ ਗੱਲ, ਤੁਸੀਂ ਫੀਲ ਕੀ ਕਰਦੇ ਹੋ ਕਿ ਕਾਂਗਰਸ ਜੇ ਉਹ ਨਹੀਂ ਪਹੁੰਚੇ ਤਾਂ CM ਸਾਹਿਬ ਦਾ ਤਾਂ ਬਣਦਾ ਸੀ ਉੱਥੇ ਪਹੁੰਚਣਾ ਏਅਰਪੋਰਟ 'ਤੇ? ਹਾਂਜੀ, ਇਹਦੇ ਕਾਫੀ ਪੱਖ ਨੇ ਭਾਅ ਜੀ। ਜਿਸ ਤਰ੍ਹਾਂ ਬਰਾੜ ਭਾਅ ਜੀ ਨੇ ਕਿਹਾ ਕਿ ਜਿਹੜਾ ਕਾਂਗਰਸ ਸਰਕਾਰ ਵੱਲੋਂ ਪੰਜਾਬ ਦਾ ਸਨਮਾਨ ਅਤੇ ਫਿਰ ਸੈਂਟਰ ਸਰਕਾਰ ਵੱਲੋਂ ਜਿਹੜਾ ਸੈਂਟਰ ਲੈਵਲ 'ਤੇ 8 ਦਿਨ ਇੱਕ ਹੈੱਡ ਆਫ ਸਟੇਟ ਰਿਹਾ ਹੋਵੇ ਉੱਥੇ ਅਤੇ ਉਹਨੂੰ ਅਸੀਂ ਕਿਸ ਤਰ੍ਹਾਂ ਰਿਸੀਵ ਕੀਤਾ। ਸੋ ਜਿਹੜੀ ਗੱਲ ਹੈਗੀ ਹੈ ਸੈਂਟਰ ਲੈਵਲ ਦੇ ਉੱਤੇ, ਉਹ ਵੇਖੋ ਸਾਡੇ ਉੱਥੇ ਕੈਬਨਿਟ ਮਿਨਿਸਟਰ ਦੀ ਭਾਈਵਾਲੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਹਾਂ, ਅਤੇ ਵਾਰ ਵਾਰ ਵੱਡੇ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ, ਉਸ ਫੇਰੀ ਤੋਂ ਬਾਅਦ ਵੀ ਉਹਨਾਂ ਇਹੀ ਐਲਾਨ ਕੀਤਾ ਵੀ ਸਾਡੀ ਜਿਹੜੀ ਪਾਰਟਨਰਸ਼ਿਪ ਹੈ, ਕੋਲੀਸ਼ਨ ਆ, ਇਹ ਸਦੀਵੀ ਆ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਦੇਖਣ ਨੂੰ ਮਿਲਿਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਐਡਵਰਟਾਈਜ਼ ਕੀਤਾ ਗਿਆ ਕਿ ਮਿਸਿਸ ਹਰਸਿਮਰਤ ਕੌਰ ਬਾਦਲ ਕੈਬਨਿਟ ਮਿਨਿਸਟਰ ਜਿਹੜੇ ਨੇ ਉਹ ਅੰਮ੍ਰਿਤਸਰ ਏਅਰਪੋਰਟ 'ਤੇ ਉਹਨਾਂ ਦੇ ਨਾਲ ਹੋਣਗੇ, ਬਾਅਦ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੂੰ ਰਿਸੀਵ ਕਰਨਗੇ। ਸੋ ਫਾਰ ਵਟ ਐਵਰ ਪੋਲੀਟੀਕਲ ਰੀਜ਼ਨ ਉਹ ਮਿਸਿਸ ਬਾਦਲ ਨੂੰ ਉੱਥੇ ਉਹਨਾਂ ਨੇ ਨਹੀਂ ਆਉਣ ਦਿੱਤਾ, ਉਹਦੇ ਅਸੀਂ ਬਾਅਦ ਵਿੱਚ ਕਈ ਵੀ ਰੀਜ਼ਨ ਦੱਸ ਸਕਦੇ ਹਾਂ, ਪਰ ਕਿਉਂਕਿ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਅੰਡਰ ਹੁੰਦਾ ਹੈ, ਰਾਈਟ? ਸੋ ਜਿਹੜੇ ਵੀ ਕੈਬਨਿਟ ਨੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਫੋਲੋ ਕਰਨਾ ਹੁੰਦਾ। ਪਰ ਸਭ ਉਸ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਕਿ ਸਿੱਖਾਂ ਦੀ ਇਸ ਵੇਲੇ ਸਭ ਤੋਂ ਵੱਡੀ ਪਾਰਟੀ ਹੈ ਵਰਲਡ ਦੇ ਵਿੱਚ, ਉਹਦੇ ਜਿਹੜਾ ਹੈੱਡ ਆਫ ਦਾ ਹੈਗਾ ਹੈ ਮਤਲਬ ਪਾਰਟੀ ਪ੍ਰੈਜੀਡੈਂਟ ਨੇ ਜਿਹੜੇ, ਉਹਨਾਂ ਨੂੰ ਵੀ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਜਿਹੜੀ, ਕਿਉਂਕਿ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਦੇਣੀ ਹੁੰਦੀ ਹੈ ਅਪਰੂਵਲ, ਉਹਨਾਂ ਨੂੰ ਉਹ ਅਪਰੂਵਲ ਨਹੀਂ ਦਿੱਤੀ ਗਈ। ਸੋ ਉਹ ਟਰੂਡੋ ਸਾਹਿਬ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਨਹੀਂ ਗਏ। ਸੋ ਅਨਫੋਰਚੁਨੇਟਲੀ ਜਿਹੜੇ ਵੈਸਟਰਨ ਇੰਟਰਸਟ ਹੁੰਦੇ ਆ ਉਹਨਾਂ ਨੇ ਫੋਟੋ ਕਲਿੱਪ ਕਰਕੇ ਸੁਖਬੀਰ ਸਿੰਘ ਬਾਦਲ ਦੀ, ਅਤੇ ਬਾਅਦ ਵਿੱਚ ਉਹਦੀਆਂ ਕੋਈ ਗਲਤ ਪੰਜਾਬੀ ਸ਼ਬਦ ਲਿਖ ਕੇ ਦੇਖੋ ਜੀ
ਜਦੋਂ ਉਹਨਾਂ ਨੇ ਉਹਨੂੰ ਰਿਸੀਵ ਕੀਤਾ ਉਦੋਂ ਬਾਅਦ ਵਿੱਚ ਕੀ ਹੋਇਆ। ਸੋ ਇਹ ਕਿਤੇ ਨਾ ਕਿਤੇ ਜਿਹੜੀ ਸੈਂਟਰ ਦੀ ਸਰਕਾਰ ਆ ਉਹਦਾ ਜਿਹੜਾ ਮਾੜਾ ਜਿਹੜਾ ਵਤੀਰਾ ਹੈ ਉਹ ਸਿਰਫ ਪੀ ਐੱਮ ਲੈਵਲ ਤੱਕ ਨਹੀਂ, ਉਹਨਾਂ ਨੇ ਆਪਣੀ ਜਿਹੜੀਆਂ ਭਾਈਵਾਲ ਪਾਰਟੀਆਂ ਉਹਨਾਂ ਦੇ ਉੱਤੇ ਵੀ ਥੋਪਿਆ, ਜਿਹੜਾ ਕਿ ਬਹੁਤ ਹੀ ਮਾੜੀ ਗੱਲ ਹੈ। ਜਿੱਥੋਂ ਤੱਕ ਗੱਲ ਕਰਦੇ ਹਾਂ ਆਪਾਂ ਪੰਜਾਬ ਸਰਕਾਰ ਦੀ, ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਸਰਦਾਰ ਹਰਜੀਤ ਸਿੰਘ ਸੱਜਣ ਜਦੋਂ ਪਿਛਲੇ ਸਾਲ ਗਏ ਸੀਗੇ ਤਾਂ ਉਹਨਾਂ ਨੂੰ ਵੈਲ ਰਿਸੀਵ ਨਹੀਂ ਕੀਤਾ ਗਿਆ, ਉਹ ਓਪਰਚੁਨਿਟੀ ਮਿਸ ਕੀਤੀ ਗਈ। ਪਰ ਉਹਦੇ ਤੋਂ ਅਸੀਂ ਸਿੱਖਿਆ ਕੁਛ ਨਹੀਂ। ਸਿੱਖਿਆ ਇਸ ਤਰ੍ਹਾਂ ਨਹੀਂ ਵੀ ਜੇ ਹੈੱਡ ਆਫ ਸਟੇਟ ਪੰਜਾਬ ਦੇ ਵਿੱਚ ਜਾ ਰਿਹਾ ਤਾਂ ਸੀ ਐੱਮ ਸਾਹਿਬ ਨੂੰ ਐਟਲੀਸਟ ਇਹ ਜ਼ਰੂਰ ਕਰਨਾ ਚਾਹੀਦਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਉਹ ਏਅਰਪੋਰਟ 'ਤੇ ਜਾ ਕੇ ਆਪ ਰਿਸੀਵ ਕਰਦੇ। ਯੈਸ, ਉਹਨਾਂ ਨਾਲ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਪੋਲੀਟੀਕਲੀ ਵੀ ਫਾਇਦਾ ਹੋਣਾ ਸੀ, ਪਰ ਪੋਲੀਟੀਕਲ ਫਾਇਦੇ ਤੋਂ ਅਸੀਂ ਜੇ ਦੂਰ ਹਟੀਏ, ਜਦੋਂ ਤੁਸੀਂ ਇੱਕ ਵਾਰੀ ਚੁਣੇ ਜਾਂਦੇ ਨੁਮਾਇੰਦੇ ਹੋ ਫਿਰ ਤੁਸੀਂ ਇੱਕ ਪਾਰਟੀ ਨੂੰ ਰੀਪ੍ਰਜੈਂਟ ਨਹੀਂ ਕਰਦੇ, ਤੁਸੀਂ ਇੱਕ ਸਟੇਟ ਨੂੰ ਰੀਪ੍ਰਜੈਂਟ ਕਰ ਰਹੇ ਹੋ। ਮੈਂ ਤੁਹਾਨੂੰ ਇੱਥੇ ਰੁਕਣਾ ਚਾਹੁੰਦਾ। ਜੀ, ਤੁਸੀਂ ਕਿਹਾ ਵੀ ਉਹਨਾਂ ਨੂੰ ਸੀ ਐੱਮ ਸਾਹਿਬ ਨੇ ਰਿਸੀਵ ਨਹੀਂ ਕੀਤਾ। ਜੀ, ਅਮਨ ਲੈਟ ਮਿਸਟਰ ਚਾਕੜ ਆਨਸਰ ਦੈਟ ਕੁਐਸਚਨ ਕਿ ਅਗੇਨ ਗੋਇੰਗ ਬੈਕ ਟੂ ਜਦੋਂ ਸੈਂਟਰ ਜਾਂ ਤਾਂ ਹੋਵੇ ਨਾ, ਸੈਂਟਰ 'ਚ ਤੁਹਾਡੀ ਕਾਂਗਰਸ ਸਰਕਾਰ ਬੈਠੀ ਹੋਵੇ, ਤੁਸੀਂ ਪੰਜਾਬ ਸਰਕਾਰ 'ਚ ਹੋ, ਤੁਸੀਂ ਆਪਣੀ ਇੱਕ ਸ਼ਾਖ ਛੱਡਣਾ ਚਾਹੁੰਦੇ ਹੋ, ਤੁਸੀਂ ਉੱਥੇ ਇੱਕ ਜਿਹੜੀ ਹੈ ਇੱਕ ਗੁੱਡ ਐਡਮਿਨਿਸਟ੍ਰੇਸ਼ਨ ਦੇਣ ਦਾ ਵਾਅਦਾ ਕਰਕੇ ਪਹੁੰਚੋ ਲੋਕਾਂ ਦੇ ਅੱਗੇ, ਤਾਂ ਕਿ ਅਜਿਹੀ ਕਿਹੜੀ ਮਜਬੂਰੀ ਹੈ ਜਿਹਦੇ 'ਚ ਸੀ ਐੱਮ ਸਾਹਿਬ ਉੱਥੇ ਨਹੀਂ ਪਹੁੰਚਦੇ ਅਤੇ ਕਿਸਰ ਸਿੱਧੂ ਸਾਹਿਬ ਉੱਥੇ ਮਿਨਿਸਟਰ ਪਹੁੰਚਦੇ ਨੇ? ਜਾਖੜ ਸਾਹਿਬ, ਇਸ ਚੀਜ਼ ਦਾ ਇੱਕ ਗਿਲਾ ਜ਼ਰੂਰ ਮਨ ਦੇ ਵਿੱਚ ਆਏਗਾ ਕਿ ਸੀ ਐੱਮ ਸਾਹਿਬ ਸ਼ੁੱਡ ਹੈਵ ਬੀਨ ਦੇਅਰ ਟੂ ਰਿਸੀਵ ਹਿਮ। ਇਹ ਭਾਈ ਸਾਹਿਬ ਨੇ ਵੈਸੇ ਕੱਲ੍ਹ ਸਾਹਿਬ ਨੇ ਸਾਰੀ ਕਲੀਅਰ ਕਰ ਹੀ ਦਿੱਤੀ ਹੈ ਭਾਅ ਜੀ, ਵੀ ਜਿਹੜੀ ਹੈ ਇੰਟਰਨੈਸ਼ਨਲ ਕੋਈ ਵੀ ਲੀਡਰ ਜਿਹੜਾ ਆਉਂਦਾ ਹੈ ਉਹਦੀ ਸਾਰੀ ਜ਼ਿੰਮੇਵਾਰੀ, ਸਾਰਾ ਉਹਦਾ ਪਲਾਨ, ਸਾਰਾ ਉਹਦਾ ਪ੍ਰੋਟੋਕਾਲ ਜਿਹੜਾ ਉਹ ਸੈਂਟਰ ਗੌਰਮੈਂਟ ਐਕਸਟਰਨਲ ਅਫੇਅਰ 'ਤੇ ਉਹ ਬਣਾਉਂਦੇ ਹੈ। ਰਾਈਟ, ਪੰਜਾਬ ਗੌਰਮੈਂਟ ਦਾ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ। ਕੈਪਟਨ ਸਾਹਿਬ ਪਹਿਲਾਂ ਵੀ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ, ਐਂਡ ਦੇ ਪਹਿਲਾਂ ਤਾਂ ਮਿਲਣ ਦਾ ਟਾਈਮ ਹੀ ਨਹੀਂ ਉਹਨਾਂ ਦਾ ਦੇ ਰਹੇ ਸੀ ਉਹ ਸੈਂਟਰ ਸਰਕਾਰ ਵਾਲੇ। ਅਲਟੀਮੇਟਲੀ ਫਾਈਨਲੀ ਉਹਨਾਂ ਨੂੰ ਟਾਈਮ ਦਿੱਤਾ ਗਿਆ, ਜਦੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਉਹਨਾਂ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਜਿੰਨਾ ਜਿਹੋ ਜਿਹਾ ਸਕੈਜੂਲ ਉਹਨਾਂ ਨੇ ਸੈਂਟਰ ਵਾਲਿਆਂ ਨੇ ਬਣਾ ਕੇ ਉਹਨਾਂ ਨੂੰ ਦਿੱਤਾ ਸੀ ਪੰਜਾਬ ਗੌਰਮੈਂਟ ਨੂੰ, ਉਹਨਾਂ ਨੇ ਤਾਂ ਉਸੇ ਨੂੰ ਫਾਲੋ ਕਰਨਾ ਸੀ। ਨਹੀਂ, ਪਰ ਇਹਦੇ ਨਾਲ ਇੱਕ ਗੱਲ ਹੋਰ ਹੈ ਜੀ, ਜੇ ਪਿਛਲੀ ਆਪਣੀ ਸਰਕਾਰ ਦੇ ਵਿੱਚ ਸੀ ਐੱਮ ਸਾਹਿਬ ਪਾਣੀਆਂ ਦਾ ਮੁੱਦਾ ਐਡਾ ਵੱਡਾ ਰਿਸਕ ਲੈ ਸਕਦੇ ਹੈ, ਤਾਂ ਜਦੋਂ ਵਾਅਦਾ ਕਰ ਚੁੱਕੇ ਨੇ ਕਿ ਮੇਰੀ ਇਹ ਲਾਸਟ ਟਰਮ ਹੈ, ਹੀ ਕੁੱਡ ਹੈਵ ਗੋਨ ਦੇਅਰ, ਕੀ ਲੂਜ਼ ਕਰਨਾ ਸੀ? ਵੱਧ ਤੋਂ ਵੱਧ ਇਹੀ ਹੁੰਦਾ ਕਿ ਸੀ ਐੱਮ ਸ਼ਿਪ ਚਲੀ ਜਾਂਦੀ, ਇਹੀ ਸੀ ਨਾ? ਵੱਧ ਤੋਂ ਵੱਧ ਦੇਖੀਏ ਇੱਕ ਹਿਸਟਰੀ ਦੇ ਵਿੱਚ ਤਾਂ ਆਪਾਂ ਜਾ ਸਕਦੇ ਹਾਂ, ਪ੍ਰੋਟੋਕਾਲ ਨੂੰ ਤੁਸੀਂ ਉਸ ਨੂੰ ਓਵਰਰਾਈਡ ਨਹੀਂ ਨਾ ਕਰ ਸਕਦੇ ਜਿਹੜਾ ਪ੍ਰੋਟੋਕਾਲ ਸੈਂਟਰ ਗਵਰਨਮੈਂਟ ਨੇ। ਪ੍ਰਾਈਮ ਮਿਨਿਸਟਰ ਕੈਨ ਓਵਰਰਾਈਡ ਹਿਸ ਪ੍ਰੋਟੋਕਾਲ, ਮਤਲਬ ਉਹਦੀ ਆਪਣੀ ਡਿਸੀਜਨ, ਉਹ ਜਾਵੇ ਨਾ ਜਾਵੇ, ਰਾਈਟ? ਕਿਉਂ ਸਰ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਮਤਲਬ ਜਿਹੜੇ ਤੁਹਾਡੀ ਭਾਈਵਾਲ ਪਾਰਟੀ ਦੇ ਨੇ, ਉਹ ਜੋ ਮਰਜ਼ੀ ਪ੍ਰੋਟੋਕਾਲ ਸੈੱਟ ਕਰਕੇ ਜਿਵੇਂ ਮਰਜ਼ੀ ਕਰ ਜਾਣ। ਨਹੀਂ, ਆਉਂਦੀ ਮੈਂ ਤੁਹਾਨੂੰ ਉਹੀ ਬੇਨਤੀ ਕਰਨ ਲੱਗਿਆ ਸੀ ਜਿਸ ਤਰ੍ਹਾਂ ਗਾਲੋ ਸਾਹਿਬ ਨੇ ਦੱਸਿਆ, ਵੀ ਜਦੋਂ ਕੋਈ ਵੀ ਕੇਂਦਰੀ ਮੰਤਰੀ ਨੈਸ਼ਨਲ ਲੀਡਰ ਆਉਂਦਾ, ਇੰਟਰਨੈਸ਼ਨਲ ਲੀਡਰ ਆਉਂਦਾ, ਤਾਂ ਜਿਹੜੀ ਸਰਕਾਰ ਪਾਵਰ 'ਚ ਹੁੰਦੀ ਉਹ ਸੈਟਅਪ ਕਰਦੀ ਵੀ ਉਹਨੇ ਕਿੱਥੇ ਜਾਣਾ, ਕੀ ਸਕੈਜੂਲ ਆ। ਜਿਸ ਤਰ੍ਹਾਂ ਜਿਹੜਾ ਗੱਲ ਮੈਂ ਕਾਲੋ ਸਾਹਿਬ ਦਾ ਕਲੀਅਰ ਕਰਦੇ ਹਾਂ ਗੱਲ, ਵੀ ਜਦੋਂ ਜਾਖੜ ਸਾਹਿਬ ਨੇ ਮਿਲਣ ਤੋਂ ਨਾ ਕਰਤਾ, ਇਹ ਖਬਰ ਪਬਲਿਸ਼ ਹੋ ਗਈ ਨਿਊਜ਼ ਪੇਪਰ ਦੇ ਵਿੱਚ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਚਲੋ ਉਹਨਾਂ ਨੇ ਜੋ ਕਰਨੀ ਕਰਤੀ ਹੈ, ਅਸੀਂ, ਮੈਂ ਐਜ ਏ ਪਾਰਟੀ ਪ੍ਰਧਾਨ ਔਰ ਮੇਰੀ ਵਾਈਫ ਐਜ ਏ ਕੇਂਦਰੀ ਮੰਤਰੀ, ਅਸੀਂ ਉਹਦਾ ਸਵਾਗਤ ਕਰਾਂਗੇ। ਇਹ ਇੱਕ ਚੈਲੇਂਜ ਵਾਂਗੂ ਹੁੰਦਾ, ਜਿਵੇਂ ਆਪਾਂ ਕਹਿੰਦੇ ਵੀ ਚਲੋ ਤੁਸੀਂ ਨਹੀਂ ਕਰਦੇ ਅਸੀਂ ਕਰਾਂਗੇ। ਠੀਕ ਹੈ, ਜਿਹੜਾ ਕਿ ਇਸ ਟਾਈਮ ਮੈਂ ਸਮਝਦਾ ਬਹੁਤ ਵੱਡਾ ਪੋਲੀਟੀਕਲ ਲਾਹਾ ਮਿਲ ਸਕਦਾ ਸੀ ਤੁਹਾਡੀ ਪਾਰਟੀ। ਅੱਛਾ, ਉਹਦੇ 'ਚ ਕੀ ਹੋਇਆ, ਜਦੋਂ ਉਹਨਾਂ ਦਾ ਜਿਹੜਾ ਦਰਬਾਰ ਸਾਹਿਬ ਆਉਣ ਦਾ ਪ੍ਰੋਗਰਾਮ ਬਣ ਗਿਆ, ਜਿਹੜੀ ਸੈਂਟਰ ਨੇ ਸੈਟਅਪ ਕਰਨੀ ਹੁੰਦੀ ਉਹਦੇ 'ਚ ਉਹਨਾਂ ਨੇ ਵੇਖਣਾ। ਸਾਡੇ ਬੀਬੀ ਹਰਸਿਮਰਤ ਕੌਰ ਬਾਦਲ ਵੀ ਸਿੱਖ ਮਿਨਿਸਟਰ ਹੈ ਔਰ ਹਰਦੀਪ ਸਿੰਘ ਪੁਰੀ ਵੀ ਸਿੱਖ ਮਿਨਿਸਟਰ ਹੈ। ਉਹਨਾਂ ਦੀ ਡਿਊਟੀ ਦਿੱਲੀ ਲੱਗੀ ਸੀਗੀ, ਕਿਉਂਕਿ ਦੇਖੋ ਕੇਂਦਰ ਦੇ ਵਿੱਚ ਹੀ ਇਜ਼ ਮਿਨਿਸਟਰ, ਉਹਨਾਂ ਨੇ ਆਪਣੇ ਵੱਲੋਂ ਵੀ ਉਹਨਾਂ ਦਾ ਸਕੈਜੂਲ ਸੈੱਟ ਸੀਗਾ ਐਜ਼ ਏ ਮਿਨਿਸਟਰੀ ਟੂ ਮਿਨਿਸਟਰੀ ਟਾਕ ਵਾਸਤੇ, ਉਹਦੀ ਮੀਟਿੰਗ ਉੱਥੇ ਸੈਟਅਪ ਕੀਤੀ ਸੀ। ਇਸ ਕਰਕੇ ਉਹਨਾਂ ਨੇ ਉਹ ਮੀਟਿੰਗ ਨੂੰ ਤਵੱਜੋ ਦਿੱਤੀ ਪੰਜਾਬ 'ਚ, ਉਹਨੇ ਉਹ ਕੀਤੀ। ਜਿਹੜੀ ਗੱਲ ਇਹ ਕਹਿ ਰਹੇ ਵੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਕੋਈ ਇੰਟਰਨੈਸ਼ਨਲ ਲੀਡਰਸ ਵੀ ਵੀ ਆਈ ਪਾਈ ਜਾਂਦਾ, ਹੁਣ ਜਿਹੜਾ ਹੋਸਟ ਹੁੰਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦੇ ਹੋਸਟਾਂ ਸੀ, ਐਸ ਜੀ ਪੀ ਸੀ ਹੈ, ਇਹ ਐਸ ਜੀ ਪੀ ਸੀ, ਉੱਥੇ ਸਭ ਤੋਂ ਸਿਕਿਓਰ ਇਹ ਹੁੰਦਾ ਵੀ ਉਹਦੀ ਸਿਕਿਉਰਿਟੀ ਪਲੱਸ ਉਹਨੂੰ ਬਣਦੇ ਰਿਸਪੈਕਟ 'ਚ ਕਮੀ ਨਾ ਹੋਵੇ। ਉਹਦੇ ਨਾਲ ਬਾਹਲਾ ਫਰਕ ਨਹੀਂ ਪੈਂਦਾ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਿਸੀਵ ਕੀਤਾ ਆਉਂਦੇ ਸਾਰ, ਮੇਰਾ ਖਿਆਲ ਲੈ ਕੇ ਤਾਂ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ, ਮੇਰੇ ਕੋਲ ਸਿੱਧੂ ਸਾਹਿਬ ਲੈ ਕੇ ਆਏ ਉੱਥੋਂ ਦਾ, ਬਟ ਜਦੋਂ ਦਰਬਾਰ ਸਾਹਿਬ ਆ ਗਏ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਬਕਾਇਦਾ ਰਿਸਪੈਕਟ ਦਿੱਤਾ। ਜਦੋਂ ਦਰਬਾਰ ਸਾਹਿਬ ਮੱਥਾ ਟੇਕਣਾ, ਜਿਹੜਾ ਉਹ ਪ੍ਰੋਸੈਸ ਆ ਉਹਨਾਂ, ਉਹ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਤੋਂ ਕੋਈ ਪੋਲੀਟੀਕਲ ਲਾਹਾ ਲੈਣ ਦਾ ਨਹੀਂ, ਸਭ ਤੋਂ ਵੱਡਾ ਸੀ ਵੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਬਣਦਾ ਸਤਿਕਾਰ ਉਹਨਾਂ ਦੇ ਸਿਕਿਉਰਿਟੀ ਰੈਗੂਲੇਸ਼ਨ ਦੇ ਮੁਤਾਬਕ ਹੋਵੇ। ਉੱਥੇ ਉਹ ਸਾਰੇ ਨਾਲ ਗਏ, ਉਹ ਜਿਹੜੇ ਬੰਦੇ ਐਸ ਜੀ ਪੀ ਸੀ ਦੇ ਸੀਗੇ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਸ ਜੀ ਪੀ ਸੀ ਦੇ ਨੀਗੇ, ਐਸ ਜੀ ਪੀ ਸੀ ਵੱਲੋਂ ਸਾਰਾ ਪ੍ਰੋਟੋਕਾਲ ਕੀਤਾ ਗਿਆ। ਬਾਅਦ 'ਚੋਂ ਸਾਰੇ ਬੰਦੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਬਣਦਾ ਸੀ ਫਰਜ਼ ਉਹਨੇ ਪੂਰਾ ਨਿਭਾਇਆ। ਪਰ ਸਟਿਲ ਮੈਂ ਫਿਰ ਮੰਨਦਾ ਕਿ ਜਿੰਨਾ ਟੂਡੋ ਸਾਹਿਬ ਨੂੰ ਸਤਿਕਾਰ ਜਿਵੇਂ ਪੰਜ ਦਿਨ ਆਏ ਰਹੇ ਆ, ਵੀ ਜੇ ਕਿਤੇ ਪੰਜਾਬ ਦੇ, ਮੈਂ ਜ਼ਰੂਰ ਇਹ ਮੇਰਾ ਵਿਚਾਰ ਹੈ ਵੀ ਜੇ ਕਿਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ, ਅਕਾਲੀ ਦਲ ਵੀ, ਕਾਂਗਰਸ ਵੀ, ਆਮ ਆਦਮੀ ਪਾਰਟੀ ਵੀ, ਅਤੇ ਸਿੱਖ ਸੰਸਥਾਵਾਂ ਵੀ ਇਕੱਠੀਆਂ ਹੋ ਕੇ ਉਹਨਾਂ ਨੂੰ ਮਿਲਦੀਆਂ, ਉਹ ਇੱਕ ਵੱਖਰਾ ਇੰਪ੍ਰੈਸ਼ਨ ਜਾਣਾ ਸੀ। ਪਰ ਸਾਡੀ ਬਦਕਿਸਮਤ ਇਹ ਵੀ ਆਮ ਆਦਮੀ ਪਾਰਟੀ ਤਾਂ ਸਾਨੂੰ ਪਤਾ ਨਹੀਂ ਕਿੱਧਰ ਗਈ, ਕਾਂਗਰਸ ਪਾਰਟੀ ਗੱਦੀ 'ਤੇ ਬੈਠੀ, ਉਹਨਾਂ ਕੋਲ ਟਾਈਮ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਫਿਰ ਮੋਰਚਾ ਜਿਵੇਂ ਐਜ ਏ ਹੋਸਟ ਉਹਨੇ ਸੰਭਾਲਿਆ, ਆਪਦੀ ਜ਼ਿੰਮੇਵਾਰੀ ਨਿਭਾਈ ਹੈ। ਯੈਸ, ਕਮੀਆਂ ਪੇਸ਼ੀਆਂ ਕੇਂਦਰ ਵੱਲੋਂ ਜ਼ਰੂਰ ਰਹੀਆਂ, ਪਰ ਪੰਜਾਬ ਵੱਲੋਂ ਐਜ ਏ, ਮਤਲਬ ਮੈਂ ਕਹੂੰਗਾ ਵੀ ਜੋ ਕਸਰ ਕਾਂਗਰਸ ਸਰਕਾਰ ਨੂੰ ਰਹੇਗੀ, ਕੈਪਟਨ ਵੱਲੋਂ ਦਰੂਟੀਆਂ ਰਹਿ ਗਈਆਂ ਸੀ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦੂਰ ਕਰਦਾ। ਐਸ ਜੀ ਪੀ ਸੀ ਨੇ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ, ਸਿੱਖਾਂ ਨੇ ਬੜਾ ਸਤਿਕਾਰ ਦਿੱਤਾ, ਪੰਜਾਬੀਆਂ ਨੇ ਬੜਾ ਸਤਿਕਾਰ ਦਿੱਤਾ। ਚਲੋ ਦੇਖਦੇ ਹਾਂ ਕਿ ਤੁਸੀਂ ਕਿੰਨਾ ਕੁ ਸੰਭਾਲਿਆ ਇਹਦੇ, ਵੀ ਆਪਾਂ ਨਿਰੀਖਣ ਕਰ ਲੈਂਦੇ ਹਾਂ। ਲੇਕਿਨ ਮੈਂ ਦੱਸਣਾ ਚਾਹੁੰਦਾ ਆਪਣੇ ਵਿਊਜ਼ ਨੂੰ ਕਿ ਅਸੀਂ ਵੀ ਡਿਡ ਇਨਵਾਈਟ ਰਿਪ੍ਰੈਜ਼ੈਂਟੇਟਿਵ ਫਰੋਮ ਆਮ ਆਦਮੀ ਪਾਰਟੀ ਔਰ ਉਹਨਾਂ ਨੇ ਆਉਣਾ ਸੀ, ਅਨਫੋਰਚੁਨੇਟਲੀ ਕਿ ਲਾਸਟ ਮਿੰਟ 'ਤੇ ਸਮ ਪਰਸਨਲ ਰੀਜ਼ਨਸ ਵਿੱਚ ਵੀ ਆਰ ਵੈਰੀ ਅਵੇਅਰ ਆਫ ਦੈਮ ਕਿ ਵਾਕਈ ਹੋਇਆ ਉਹ ਨਹੀਂ ਪਹੁੰਚ ਸਕੇ। ਸੋ ਜਿਵੇਂ ਪਹਿਲਾਂ ਕਿਹਾ ਕਿ ਮੌਜੂਦਾ ਰੂਲਿੰਗ ਪਾਰਟੀ ਉਹ ਆਪੋਜੀਸ਼ਨ ਵਾਲੇ ਨੇ, ਅਕਾਲੀ ਦਲ ਬਾਦਲ ਇੱਕ ਬਹੁਤ ਵੱਡਾ ਧਿਰ ਹੈ, ਬੀਜੇਪੀ ਦੀ ਸਾਂਝਵਾਲ ਹੈ ਅਤੇ ਕਾਲੋ ਸਾਹਿਬ ਸਾਡੇ ਇੱਥੇ ਪੋਲੀਟੀਕਲ ਫਿਗਰ। ਸੋ ਇਸ ਜਿਹੜਾ ਮੁੱਦਾ ਆਪਣਾ ਚੱਲ ਰਿਹਾ ਜੀ, ਇਹ ਵਿਚਾਰ ਵਟਾਂਦਰਾ ਚੱਲ ਰਿਹਾ ਟੂਡੋ ਸਾਹਿਬ ਦੀ ਫੇਰੀ, ਇਸ ਨੂੰ ਅੱਗੇ ਵਧਾਉਂਦੇ ਹਾਂ, ਪਰ ਵਧਾਉਂਦੇ ਛੋਟੀ ਬ੍ਰੇਕ ਤੋਂ ਬਾਅਦ। ਸੋ ਪਲੀਜ਼ ਸਟੇ ਵਿਦ ਅਸ, ਵਿਲ ਬੀ ਰਾਈਟ ਬੈਕ। ਮਿਸ ਕੁਲਦੀਪ ਗਿੱਲ, ਹਮ ਬ੍ਰੋਕਰ ਆਫ ਸਕਾਈ ਰਿਐਲਟੀ। The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨਾਈਟ ਵਿਦ ਪਾਲ ਭੱਟ, ਮੈਂ ਤੁਹਾਡਾ ਆਪਣਾ ਪਾਲ ਭੱਟ। ਟੂ ਮਾਈ ਰਾਈਟ ਸਰਦਾਰ ਮਹਿਤਾਬ ਸਿੰਘ ਕਾਲੋਂ, ਟੂ ਮਾਈ ਲੈਫਟ ਸਰਦਾਰ ਹਰਮਿੰਦਰ ਸਿੰਘ ਜਾਖੜ ਸਾਹਿਬ ਅਤੇ ਸਤਪਾਲ ਸਿੰਘ ਬਰਾੜ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਲੋਕਲ ਪੋਲੀਟਿਕਸ ਦੀ ਫਿਗਰ, ਤਿੰਨੇ ਵੀਰ ਮੇਰੇ ਨਾਲ ਔਰ ਮੈਂ ਤੁਹਾਡਾ ਨੁਮਾਇੰਦਾ ਤੁਹਾਨੂੰ ਰੈਪ੍ਰਜੈਂਟ ਕਰ ਰਿਹਾ। ਗੱਲ ਚੱਲ ਰਹੀ ਜਸਟਿਨ ਟਰੂਡੋ ਦੀ ਪੰਜਾਬ ਦੀ ਫੇਰੀ, ਜਿਹੜੀ 17 ਫਰਵਰੀ ਤੋਂ 8 ਦਿਨਾਂ ਦੇ ਲਈ ਹੋਈ ਹੈ, ਉਹਦੇ 'ਚ ਗੱਲ ਚੱਲ ਰਹੀ ਹੈ। ਬੜਾ ਕਲੀਅਰ ਕੀਤਾ ਉਹਨਾਂ ਨੇ ਕਿ ਜਦੋਂ ਅਸੀਂ ਹਰਿਮੰਦਰ ਸਾਹਿਬ ਆਉਣਾ, ਮੈਂ ਇੱਕ ਆਮ ਸ਼ਰਧਾਲੂ ਦੀ ਬਦਲ ਆਪਣੇ ਪਰਿਵਾਰ ਦੇ ਨਾਲ ਉੱਥੇ ਜਾ ਕੇ ਦਰਸ਼ਨ ਕਰਨਾ ਚਾਹੁੰਦਾ। ਸਵਾਲ ਇੱਥੇ ਬੜਾ ਉੱਠਿਆ, ਜੇ ਉਹ ਜਾਣਾ ਚਾਹੁੰਦੇ ਨੇ ਇਕੱਲੇ ਤਾਂ ਉਹਨਾਂ ਨੂੰ ਇਕੱਲਾ ਦਿੱਤਾ ਜਾਣਾ ਚਾਹੀਦਾ, ਸਿਕਿਉਰਿਟੀ 'ਤੇ ਜਿਹੜੇ ਨਾਲ ਹੈਗੀ ਹੈ। ਸੁਖਬੀਰ ਬਾਦਲ ਨਾਲ ਨਹੀਂ ਜਾ ਸਕਦਾ, ਪਰ ਸਿੱਧੂ ਸਾਹਿਬ ਨਾਲ ਜਾ ਸਕਦੇ ਨੇ, ਇੱਕ ਹੋਰ ਮਿਨਿਸਟਰ ਨਾਲ ਜਾ ਸਕਦਾ। ਐਂ ਨਹੀਂ ਲੱਗਦਾ ਜਿਵੇਂ ਕਿ ਮਤਲਬ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਨੂੰ ਕਿਤੇ ਸ਼ਵ ਕਰਤਾ ਵੀ ਨਹੀਂ, ਇਹਨਾਂ ਨੂੰ ਕੋਈ ਪੋਲੀਟੀਕਲ ਮਾਇਲੇਜ ਨਾ ਮਿਲੇ। ਦੇਖੋ ਭਾਅ ਜੀ, ਜਦੋਂ ਆਪਾਂ ਦਰਬਾਰ ਸਾਹਿਬ ਦੀ ਫੇਰੀ ਦੀ ਜੇ ਉਹਨਾਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਕੋਈ ਸ਼ੱਕ ਨਹੀਂ, ਹੈ ਨਾ। ਉਹਦੇ ਵਿੱਚ ਉਹਨਾਂ ਨੂੰ ਬਹੁਤ ਚੰਗਾ ਮਾਣ ਸਤਿਕਾਰ ਦਿੱਤਾ, ਜਿੰਨਾ ਦਿੱਤਾ ਜਾ ਸਕਦਾ ਦਿੱਤਾ ਗਿਆ। ਅਤੇ ਮੈਂ ਭਾਅ ਜੀ ਸਤਪਾਲ ਬਰਾੜ ਦੀ ਇਸ ਗੱਲ ਨਾਲ ਸਹਿਮਤ ਹਾਂ ਵੀ ਇਸ ਤੋਂ ਜ਼ਿਆਦਾ ਨਹੀਂ ਸੀ ਕੀਤਾ ਜਾ ਸਕਦਾ। ਜਿਹੜੀਆਂ ਕਮੀਆਂ ਪੇਸ਼ੀਆਂ ਰਹੀਆਂ ਨੇ ਉਹ ਜਿਹੜੇ ਸਰਕਾਰੀ ਧਿਰਾਂ ਨੇ ਉਹਨਾਂ ਨਾਲ ਫਿਰ ਸਾਡਾ ਇਹੋ ਰੰਜਿਸ਼ ਹੈ ਕਿ ਕਿਸੇ ਵੀ ਕਾਰਨਾਂ ਕਰਕੇ, ਵੇਖੋ ਜੇ ਆਪਾਂ ਲੀਡਰਸ਼ਿਪ ਦੀ ਗੱਲ ਕਰੀਏ, ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਇਸ ਵੇਲੇ ਪੰਜਾਬ ਦੇ ਸੀ ਐੱਮ ਨੇ, ਦੂਸਰੇ ਬੰਦੇ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ, ਪਿਛਲੇ ਸਾਲ ਗਏ, ਉਹਨਾਂ ਨੂੰ ਚੰਗਾ ਵਤੀਰਾ ਨਹੀਂ ਦਿੱਤਾ, ਉਹਨੂੰ ਰਿਸਪੈਕਟ ਨਹੀਂ ਦਿੱਤੀ। ਅਤੇ ਇਹ ਜਿਹੜੀਆਂ ਚੀਜ਼ਾਂ ਕਦੇ ਆਪਣਾ ਜਿਹੜੀਆਂ ਇਹ ਅਸੀਂ ਇਹਨਾਂ ਨੂੰ ਕਨਫਰਮ ਨਹੀਂ ਕਰ ਸਕਦੇ ਕਿਉਂਕਿ ਸਾਡੇ ਸੋਰਸ ਲਿਮਿਟਡ ਹੈ, ਪਰ ਇਹ ਗੱਲ ਜਿਹੜੀ ਆਮ ਜਾਣੀ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੀਟਿੰਗ ਟਰੂਡੋ ਨਾਲ ਹੋਈ ਆ, ਉਹ ਰੀਜ਼ਨ ਬੀਇੰਗ ਹਰਜੀਤ ਸਿੰਘ ਸੱਜਣ ਹੋਈ ਆ। ਹਰਜੀਤ ਸਿੰਘ ਸੱਜਣ ਨੇ ਇਹ ਗੱਲ ਕਹੀ ਆ ਕਿ ਆਪਾਂ ਭਾਵੇਂ 20 ਮਿੰਟ ਵਾਸਤੇ ਉਹਨਾਂ ਨੂੰ ਮਿਲੀਏ, ਸਾਨੂੰ ਮਿਲਣਾ ਜ਼ਰੂਰ ਚਾਹੀਦਾ। ਸੋ ਦਿਸ ਇਜ਼ ਬਿਕੋਜ਼ ਆਫ ਹਰਜੀਤ ਸਿੰਘ ਸੱਜਣ। ਸੋ ਇਹ ਦੋ, ਹੁਣ ਇੱਥੇ ਆਪਾਂ ਜਦੋਂ ਵਿਸ਼ਲੇਸ਼ਣ ਕਰਦੇ ਹਾਂ, ਮੈਨੂੰ ਇੱਕ ਮਿੰਟ ਦਿਓ, ਇੱਕ ਲੀਡਰਸ਼ਿਪ ਆ ਜਿਹੜੀ ਹਰਜੀਤ ਸਿੰਘ ਸੱਜਣ ਦਿਖਾ ਰਿਹਾ, ਉਹ ਦਿਖਾ ਰਿਹਾ ਬੀਇੰਗ ਏ ਡਿਫੈਂਸ ਮਿਨਿਸਟਰ ਇੱਥੇ, ਪਰ ਐਜ਼ ਏ ਸਿੱਖ ਬੰਦਾ ਉਹ ਕਹਿ ਰਿਹਾ ਵੀ
ਜੇ ਸੀ ਐਮ ਨੇ ਮੇਰੇ ਨਾਲ ਮੇਰੀ ਬੇਇੱਜ਼ਤੀ ਕੀਤੀ ਪਰ ਫਿਰ ਵੀ ਮੈਂ ਇਹ ਜਿਹੜਾ ਮੋਰਚਾ ਜਿੱਦਾਂ ਭਾਅ ਜੀ ਨੇ ਕਿਹਾ ਵੀ ਜਦੋਂ ਸਿੱਖ ਮੋਰਚਾ ਸਾਂਭਦੇ ਆ ਫਿਰ ਉਹ ਸਾਂਭਦੇ ਆ ਫਿਰ ਉਹ ਪਾਰਟੀਬਾਜ਼ੀ ਦੀ ਗੱਲ ਨਹੀਂ ਹੁੰਦੀ ਸੋ ਉਹਨਾਂ ਨੇ ਫਿਰ ਵੀ ਇਹ ਮੇਕ ਸ਼ੋਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਮੀਟਿੰਗ ਕੀਤੀ ਜਾਵੇ ਦੂਸਰੇ ਬੰਨੇ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਉਹਨਾਂ ਨੇ ਪਹਿਲਾਂ ਲੀਡਰਸ਼ਿਪ ਦੀ ਕਮੀ ਵਿਖਾਈ ਆ ਉੱਥੇ ਇੱਕ ਗਲਤੀ ਹੋਰ ਕੀਤੀ ਉਹਨਾਂ ਨੇ ਜਿਹੜੀ ਕਿ ਮੈਂ ਜ਼ਰੂਰ ਦੱਸਣਾ ਚਾਹਾਂਗਾ ਸਰੋਤਿਆਂ ਨੂੰ ਉਹ ਇਹ ਹੈਗੀ ਹੈ ਕਿ ਜਦੋਂ ਇੱਕ ਸਟੇਟ ਟੂ ਹੈੱਡ ਜਿਹੜਾ ਮਤਲਬ ਸਟੇਟ ਮਿਨਿਸਟਰੀ ਸੀ ਐੱਮ ਹੈ ਅਤੇ ਜਿਹੜਾ ਪੀ ਐੱਮ ਹੈ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ ਅਤੇ ਉਹਦੇ ਵਿੱਚ ਤੁਸੀਂ ਇੱਕ 12 ਜਾਂ 15 ਬੰਦਿਆਂ ਦੀ ਉਹਨੂੰ ਲਿਸਟ ਫੜਾ ਰਹੇ ਹੋ ਵੀ ਇਹ ਸਾਡੇ ਵਾਂਟਡ ਬੰਦੇ ਆ ਉਹ ਜਿਹੜਾ ਪ੍ਰੋਟੋਕਾਲ ਹੈ ਨਾ ਉਹ ਇਹ ਨਹੀਂ ਹੁੰਦਾ ਉਹ ਪ੍ਰੋਟੋਕਾਲ ਜਿਹੜਾ ਵੀ ਉਹ ਮਿਨਿਸਟਰੀ ਐਕਸਟਰਨਲ ਅਫੇਅਰ ਦੇ ਅੰਡਰ ਹੁੰਦਾ ਜਿਹੜੀ ਐਕਸਟ੍ਰਾਡੀਸ਼ਨ ਟ੍ਰੀਟੀ ਹੁੰਦੀ ਹੈ ਨਾ ਉਹ ਕੰਟਰੀ ਟੂ ਕੰਟਰੀ ਹੁੰਦੀ ਹੈ ਸਟੇਟ ਟੂ ਕੰਟਰੀ ਨਹੀਂ ਹੁੰਦੀ ਜਿਹੜੇ ਤੁਹਾਡੇ ਕੋਲ 20 ਜਾਂ 30 ਜਾਂ 40 ਮਿੰਟ ਮਿਲੇ ਤੁਸੀਂ ਉੱਥੇ ਆਪਣੀ ਸਟੇਟਸਮੈਨ ਦਿਖਾਉਂਦੇ ਹੋਏ ਤੁਸੀਂ ਇਹ ਕਰ ਸਕਦੇ ਹੋ ਤੁਹਾਡੀ ਸਿਸਟਰ ਸਿਟੀ ਬਣਾਓ ਨਵਦੀਪ ਸਿੰਘ ਬੈਂਸ ਜਿਹੜੇ ਨਾਲ ਗਏ ਸੀ ਉਹ ਇਸ ਵੇਲੇ ਬਿਜ਼ਨਸ ਐਂਡ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਨੇ ਆਪਣੇ ਲੋਕਾਂ ਵਾਸਤੇ ਕੋਈ ਚੰਗਾ ਕਰੋ ਕੋਈ ਐਗਰੀਕਲਚਰ ਲੈਵਲ ਦੇ ਉੱਤੇ ਜਿਹੜੀ ਟੈਕਨੋਲੋਜੀ ਇੰਨੀ ਵਿਕਸਿਤ ਆ ਕੈਨੇਡਾ ਦੇ ਵਿੱਚ ਉਹਦਾ ਕੋਈ ਫਾਇਦਾ ਉਠਾਓ ਬਜਾਏ ਇਸ ਦੇ ਕਿ ਉਹਦੇ ਵਿੱਚ ਵੀ ਫਿਰ ਇੱਕ ਹੀ ਛੋਟੀ ਜਿਹੀ ਪੋਲੀਟੀਕਲ ਗੇਮ ਖੇਡ ਕੇ ਇੱਕ 15 20 ਜਾਂ 12 ਬੰਦਿਆਂ ਦੀ ਲਿਸਟ ਦੇ ਦਈਏ ਰਿਗਾਰਡਲੈਸ ਉਹ ਬੰਦੇ ਕਿੰਨੇ ਵਾਂਟਡ ਆ ਇਸ ਨਾਲ ਉਹਨਾਂ ਮੇਕ ਐਨੀ ਸੈਂਸ ਸੋ ਇਟ ਵਾਜ਼ ਐਟ ਦੇ ਐਂਡ ਆਫ ਦੇ ਇਟ ਵਾਜ਼ ਨਾਟ ਪ੍ਰੋਡਕਟਿਵ ਮੀਟਿੰਗ ਭਾਵੇਂ ਕਿ ਹਰਜੀਤ ਸਿੰਘ ਸੱਜਣ ਹੋਣਾ ਨੇ ਕੋਸ਼ਿਸ਼ ਕੀਤੀ ਪੋਲੀਟਿਕਸ ਤੋਂ ਉੱਪਰ ਉੱਠ ਕੇ ਆਪਣੀ ਪਰਸਨਲ ਜਿਹੜੀ ਉਹਨਾਂ ਦੀ ਡਿਸਰਿਸਪੈਕਟ ਤੋਂ ਉੱਪਰ ਉੱਠ ਕੇ ਵੀ ਉਹਨਾਂ ਨੇ ਗੱਲ ਮੈਂ ਉਹੀ ਗੱਲ ਕਰਨ ਲੱਗਿਆ ਸੀ ਸਰਦਾਰ ਹਰਜੀਤ ਸਿੰਘ ਸੱਜਣ ਉਹਨਾਂ ਦਾ ਲਾਸਟ ਫੇਰੀ ਦੇ ਉੱਤੇ ਸੀਐਮ ਸਾਹਿਬ ਨਾਲ ਕਿੰਨੀ ਕਨਫਰੰਟੇਸ਼ਨ ਹੋਈ ਹੈ ਮੀਡੀਆ ਦੇ ਵਿੱਚ ਜੀ ਇੱਕ ਦੂਜੇ ਦੇ ਮਤਲਬ ਕਿੰਨੇ ਕੈਸੇ ਬਿਆਨ ਉਹਨਾਂ ਨੂੰ ਸਾਰਨੇ ਪਏ ਨੇ ਜੇ ਉਹ ਫਰਾਕ ਦੇ ਲਈ ਦਿਖਾ ਸਕਦੇ ਨੇ ਆਪਣੇ ਦੇਸ਼ ਲਈ ਔਰ ਆਪਣੀ ਕੌਮ ਦੇ ਲਈ ਤਾਂ ਜਾਖੜ ਸਾਹਿਬ ਫਿਰ ਸੀਐਮ ਸਾਹਿਬ ਕਿਤੇ ਨਾ ਕਿਤੇ ਮਾਰ ਤਾਂ ਖਾਧੀ ਨੇ ਉਹਨਾਂ ਨੇ ਫਿਰ ਜਾਂ ਉਹਨਾਂ ਨੇ ਆਪਣੇ ਮਤਲਬ ਈਗੋਇਸਟਿਕ ਜਿਹੜੀ ਉਹ ਦਿਖਾਇਆ ਕਿ ਨਹੀਂ ਮੈਂ ਨਹੀਂ ਮਿਲਣਾ ਆਈ ਐਮ ਟੂ ਇੰਪੋਰਟੈਂਟ ਫੋਰ ਦਿਸ ਮੈਨ ਨਹੀਂ ਵੇਖੋ ਇੱਕ ਤਾਂ ਗੱਲ ਆ ਵੀ ਭਾਅ ਜੀ ਨੇ ਇਹਨਾਂ ਨੇ ਕੱਲੋਂ ਸਾਹਿਬ ਨੇ ਗੱਲ ਕੀਤੀ ਵੀ ਸੱਜਣ ਹਰਜੀਤ ਸਿੰਘ ਸੱਜਣ ਦੀ ਬੇਇੱਜ਼ਤੀ ਕੀਤੀ ਹੈ ਬੇਇੱਜ਼ਤੀ ਦੋਨਾਂ ਤਰ੍ਹਾਂ ਦੀ ਇਕੁਅਲੀ ਹੁੰਦੀ ਹਰੇਕ ਬੰਦੇ ਦੀ ਆਪਦੀ ਸੈਲਫ ਰਿਸਪੈਕਟ ਹੁੰਦੀ ਹੈ ਜਦੋਂ ਕੈਪਟਨ ਸਾਹਿਬ ਪਿਛਲੀ ਵਾਰੀ ਸੀਗੇ ਉਦੋਂ ਕੈਪਟਨ ਸਾਹਿਬ ਵੀ ਪਹਿਲੀ ਗੱਲ ਤਾਂ ਐਮ ਪੀ ਸੀ ਉਸ ਟਾਈਮ ਬਿਫੋਰ ਦਾ ਇਲੈਕਸ਼ਨ ਦੂਜੀ ਨੰਬਰ 'ਤੇ ਤੁਹਾਨੂੰ ਪਤਾ ਉਹ ਅਸੈਂਬਲੀ ਦੇ ਵਿੱਚ ਵਿਪ ਸੀਗੇ ਸੋ ਇਸ ਕਰਕੇ ਉਹ ਵੀ ਇੱਕ ਨੁਮਾਇੰਦੇ ਸੀਗੇ ਜਦੋਂ ਉਹ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਸੀ ਅਤੇ ਉਹਨਾਂ 'ਤੇ ਰੋਕ ਲਾਈ ਗਈ ਹੈ ਬੇਇੱਜ਼ਤੀ ਉਹਨਾਂ ਦੀ ਵੀ ਉਨੀ ਹੋਈ ਹੈ ਜੇ ਉਹ ਜੇ ਕੈਨੇਡਾ ਸਰਕਾਰ ਜਾਂ ਕੋਈ ਵੀ ਜਿਹੜੇ ਨੁਮਾਇੰਦੇ ਕੈਨੇਡਾ ਸਰਕਾਰ ਦੇ ਆਪਣੇ ਸਿੱਖ ਨੁਮਾਇੰਦੇ ਸਿੱਖ ਭਰਾ ਉਹ ਪਏ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਰਜੀਤ ਸਿੰਘ ਸੱਜਣ ਦੀ ਸਾਰਿਆਂ ਦੀ ਜੇ ਉਹ ਕੋਈ ਵੀ ਰੈਗੂਲੇਸ਼ਨ ਉਹਨਾਂ ਨੇ ਪਾਸ ਕਰਨਾ ਸੀ ਵੀ ਉਹ ਚਾਹੁੰਦੇ ਸੀ ਵੀ ਕੋਈ ਪੋਲੀਟੀਕਲ ਕਾਨਫਰੰਸ ਨਹੀਂ ਹੋ ਸਕਦੀ ਉਹ ਐਟਲੀਸਟ 3 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਉਹ ਕੋਈ ਰੈਗੂਲੇਸ਼ਨ ਪਾਸ ਕਰਕੇ ਉਹ ਅਨਾਊਂਸ ਕਰ ਦਿੰਦੇ ਵੀ ਇਹ ਸਰਟਨ ਡੇਟ ਤੋਂ ਬਾਅਦ ਅਸੀਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਕੈਨੇਡਾ 'ਚ ਅਲਾਓ ਨਹੀਂ ਕਰਾਂਗੇ ਕੋਈ ਪੋਲੀਟੀਕਲ ਕਾਨਫਰੰਸ ਕਰਨ ਵਾਸਤੇ ਤਾਂ ਨੋ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਉਹ ਇੱਥੇ ਆਏ ਹੋਣ ਤੋਂ ਬਾਅਦ ਉਹਨਾਂ ਦੇ ਉਸ ਨੂੰ ਰੋਕਿਆ ਗਿਆ ਸੋ ਉਹਨਾਂ ਨੇ ਕੈਪਟਨ ਸਾਹਿਬ ਨੇ ਤਾਂ ਕੋਈ ਇਨਸਲਟ ਨਹੀਂ ਕੀਤੀ ਉਹ ਕਹਿੰਦੇ ਵੀ ਮੈਂ ਨਹੀਂ ਮਿਲਣਾ ਚਾਹੁੰਦਾ ਦੈਟਸ ਫਾਈਨ ਉਹਨਾਂ ਨੇ ਉਹਨਾਂ ਦੀ ਆਪਦੀ ਪਰਸਨਲ ਮਤਲਬ ਐਕਚੁਅਲੀ ਸੀ ਉਹਦੇ ਕੋਲ ਪਾਰਟੀ ਲੈਵਲ 'ਤੇ ਉਹਦੇ ਨਾਲ ਕੋਈ ਰਿਲੇਸ਼ਨ ਬਰਾੜ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ ਕੋਈ ਦੋਸਤ ਨਹੀਂ ਹੁੰਦਾ ਕੋਈ ਈਗੋ ਨਹੀਂ ਹੁੰਦਾ ਕੋਈ ਹਮਦਰਦੀ ਨਹੀਂ ਹੁੰਦੀ ਉੱਥੇ ਤਾਂ ਓਪਰਚੁਨਿਟੀ ਨੂੰ ਪ੍ਰਵੇਲ ਕੀਤਾ ਜਾਂਦਾ ਆਪਣੇ ਹੱਕ ਲਈ ਆਪਣੀ ਸਰਕਾਰ ਲਈ ਔਰ ਆਪਣੇ ਲੋਕਾਂ ਦੇ ਲਈ ਤੁਹਾਡਾ ਕੀ ਨਜ਼ਰੀਆ ਦੇ ਬਰਾੜ ਸਾਹਿਬ ਦੇਖੋ ਪਹਿਲੀ ਗੱਲ ਤਾਂ ਜਦੋਂ ਤੁਸੀਂ ਗਵਰਨਮੈਂਟ ਬਣ ਜਾਂਦੇ ਆ ਯੂ ਰੀਪ੍ਰਜੈਂਟ ਦਾ ਸਟੇਟ ਡੈਫੀਨੇਟਲੀ ਉਦੋਂ ਬਾਅਦ ਇਹ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ ਸੈਕਿੰਡਲੀ ਜਿਹੜਾ ਕਾਹਲੋਂ ਸਾਹਿਬ ਨੇ ਵੀ ਦੱਸਿਆ ਜੀ ਆਪਦੀ ਸਟੇਟ ਦੇ ਬੰਦਿਆਂ ਦੀ ਲਿਸਟ ਇੱਕ ਇੰਟਰਨੈਸ਼ਨਲ ਮੁਖੀ ਨੂੰ ਦੇਣੀ ਆਪਣੀ ਆਪਣੇ ਆਪ 'ਚ ਇਨਸਲਟ ਹੈ ਵੀ ਸਾਡੇ ਦੇਸ਼ ਦੇ ਆਹ ਬੰਦੇ ਫੜ ਕੇ ਇੱਥੇ ਭੇਜ ਦਿਓ ਪਹਿਲਾਂ ਰੀਜਨ ਕੋਈ ਵੀ ਹੋਵੇ ਉਹਦੇ ਵਾਸਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਜਿਹੜਾ ਚੈਨਲ ਹੈ ਸੈਕਿੰਡਲੀ ਮੈਂ ਫਿਰ ਬੇਨਤੀ ਕਰਦਾ ਇਸ਼ੂ ਇਦੋਂ ਵੀ ਡੂੰਘਾ ਜਾਊਗਾ ਸਾਜਿਸ਼ ਹੈ ਬਹੁਤ ਵੱਡੀ ਇਹ ਜਦੋਂ ਵੀ ਕੈਨੇਡਾ ਦੇ ਵਿੱਚ ਸਿੱਖ ਇੱਕ ਬਹੁਤ ਵੱਡੀ ਪਾਵਰ ਵਜੋਂ ਉੱਭਰ ਆਏ ਉੱਥੋਂ ਦਾ ਪ੍ਰੀਮੀਅਰ ਸਿੱਖ ਕੈਬਨਿਟ ਮੰਤਰੀ ਉੱਥੇ ਲੈ ਕੇ ਗਿਆ ਉਹਦੇ ਦੌਰੇ ਨੂੰ ਖਾਲਿਸਤਾਨ ਦਾ ਲੇਵਲ ਲਾਉਣ ਵਾਸਤੇ ਕੀਤਾ ਗਿਆ ਸਾਰਾ ਕੁਛ ਤਾਂ ਕਿ ਮੁੱਦੇ ਤੋਂ ਭੜਕਾਇਆ ਜਾ ਸਕੇ ਕੈਪਟਨ ਸਾਹਿਬ ਨੂੰ ਇਹ ਗੱਲਾਂ ਕਹਿਣ ਦੀ ਕੀ ਲੋੜ ਸੀ ਉੱਥੇ ਫਿਰ ਜੇ ਕੀਤੀਆਂ ਤਾਂ ਇਹ ਚੀਜ਼ਾਂ ਮਤਲਬ ਬੰਦ ਕਮਰਾ ਮੀਟਿੰਗ ਹੁੰਦੀਆਂ ਉਹਨੂੰ ਮੀਡੀਆ 'ਚ ਲਿਸਟ ਜਾਰੀ ਕੀਤੀ ਆਹ ਬੰਦੇ ਮੰਗਾਏ ਆ ਪੰਜਾਬ ਦੇ ਵਿੱਚ ਇਹ ਉਹ ਖਾਲਸ ਹਰੇਕ ਸਿੱਖ ਨੂੰ ਮੈਂ ਇਹ ਮੇਰੀ ਇਹ ਮਤਲਬ ਆਪਣੀ ਸੋਚਣੀ ਹੈ ਕਿ ਇਹਦੇ ਨਾਲ ਇਹ ਹੈ ਵੀ ਇੱਕ ਪਾਸੇ ਤਾਂ ਸਿੱਖ ਮਨਿਸਟਰ ਦੇ ਤੌਰ 'ਤੇ ਆਏ ਆ ਦੂਜੇ ਪਾਸੇ ਉਹਨਾਂ ਨੂੰ ਤੁਸੀਂ ਖਾਲਸਾ ਦੀਆਂ ਵੱਖਵਾਦੀ ਜਾਂ ਟੈਰੋਰਿਸਟ ਦੇ ਤੌਰ 'ਤੇ ਉਹਨੇ ਉਸੇ ਭਾਈਚਾਰੇ 'ਚ ਉਹਨੇ ਲਿਸਟਾਂ ਮੰਗਦੇ ਆ ਇਦੋਂ ਸਾਡੀ ਬਦਕਿਸਮਤ ਕੀ ਹੋ ਸਕਦੀ ਕੋਈ ਸ਼ੱਕ ਨਹੀਂ ਬੜੇ ਸੰਗੀਨ ਆ ਇਲਜ਼ਾਮ ਨੇ ਮੈਂ ਇੱਥੇ ਐਡ ਕਰਨਾ ਚਾਹਾਂਗਾ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਲਿਸਟ ਦਿੱਤੀ ਆ ਜਿਹੜੀ ਆਪਣੀ ਸਿੱਖ ਕਮਿਊਨਿਟੀ ਨੂੰ
ਐਜ਼ ਏ ਟੈਰੋਰਿਸਟ ਜਾਂ ਸੈਪਰੇਟਿਸਟ ਵਟਐਵਰ ਲੇਬਲ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਕੋਸ਼ਿਸ਼ ਜਿਹੜੀ ਆ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ। ਅਤੇ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਜਿਹਨੂੰ ਟੋਰੀ ਪਾਰਟੀ ਵੀ ਕਹਿੰਦੇ ਹਾਂ ਅਸੀਂ ਕੈਨੇਡਾ ਦੇ ਵਿੱਚ, ਉਹਨਾਂ ਨੇ ਥਰਸਡੇ ਨੂੰ ਇੱਕ ਮੋਸ਼ਨ ਲੈ ਕੇ ਆਉਣਾ ਸੀ ਇਹਦੇ ਉੱਤੇ, ਯੂਨਾਈਟਿਡ ਇੰਡੀਆ ਐਂਡ ਸਿੱਖ ਟੈਰੋਰਿਜ਼ਮ ਰਾਈਟ ਖਾਲਿਸਤਾਨ ਦੇ ਉੱਪਰ। ਯੈਸ, ਇਟਸ ਕਾਲਡ ਮੋਸ਼ਨ ਕ੍ਰਿਟੀਸਾਈਜ਼ਿੰਗ ਖਾਲਿਸਤਾਨੀ ਮੂਵਮੈਂਟ ਐਂਡ ਸਪੋਰਟਿੰਗ ਯੂਨਾਈਟਿਡ ਇੰਡੀਆ। ਹੁਣ ਵੇਖੋ 468,000 ਜਿਹੜੇ ਰਜਿਸਟਰਡ ਵੋਟਰ ਨੇ ਇਸ ਵੇਲੇ ਕੈਨੇਡਾ ਦੇ ਵਿੱਚ, 1.4% ਸਾਡੀ ਸਿੱਖਾਂ ਦੀ ਉੱਥੇ ਆਬਾਦੀ ਬਣਦੀ ਹੈ ਰਾਈਟ। ਸੋ ਉਹਨਾਂ ਨੇ ਇਸ ਗੱਲ ਦਾ ਮੁੱਦਾ ਉਠਾਇਆ ਕਿ ਨਹੀਂ ਤੁਸੀਂ ਸਾਡੀ ਕਮਿਊਨਿਟੀ ਨੂੰ ਇੱਕ ਲੇਬਲ ਨਹੀਂ ਲਾ ਸਕਦੇ। ਜਿਸ ਦਿਨ ਵਿੱਚ ਉਹ ਪ੍ਰੋਗਰਾਮ ਹੋਣਾ ਸੀ, ਮੋਸ਼ਨ ਲੈ ਕੇ ਆਉਣਾ ਸੀ ਪਾਰਲੀਮੈਂਟ, 7:30 AM ਦੇ ਉੱਤੇ ਟੋਰੀ ਪਾਰਟੀ ਨੇ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਉਹਨਾਂ ਦਾ ਕ੍ਰਿਟਿਕ ਹੈ ਐਕਸਟਰਨਲ ਅਫੇਅਰਸ ਦਾ, ਜਿਹਨੂੰ ਕਿ ਐਕਸਟਰਨਲ ਅਫੇਅਰ ਮਿਨਿਸਟਰ ਦਾ ਓਪੋਜੀਸ਼ਨ ਦੇ ਵਿੱਚ ਬਰਾਬਰ ਦਾ ਉਹਨੂੰ ਮੰਨਿਆ ਜਾਂਦਾ, ਉਹਨੇ ਇਹ ਨੂੰ ਪੋਸਟਪੋਨ ਕੀਤਾ। ਬਿਕੋਜ਼ ਪੋਲੀਟਿਕਸ ਜਿਹੜੀ ਵਿਦਡਰਾ ਨਹੀਂ ਕਰਦੇ ਹੁੰਦੀ, ਪੋਸਟਪੋਨ ਕਰਦੇ ਹੁੰਦੇ। ਪਰ ਇਹ ਵੇਖੋ ਜੇ ਜਿਹੜੀ ਪਾਰਟੀ ਜਿੱਥੇ ਅਸੀਂ 1.4% ਹਾਂ, ਸਰਕਾਰ ਦੂਜੀ ਆ, ਅਸੀਂ ਉੱਥੇ ਆਣ ਕੇ ਦੂਰੋਂ ਵਸੇ ਹਾਂ, ਉਹ ਤਾਂ ਸਵੇਰੇ 7:30 AM ਉਹਨੂੰ ਵਿਦਡਰਾ ਕਰ ਲੈਂਦੇ ਆ, ਅਤੇ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ 3 ਮਹੀਨੇ ਪਹਿਲਾਂ ਜਿਹੜਾ ਵੀ ਉਹ ਆਉਣਾ ਚਾਹੀਦਾ ਸੀ ਲਾ। ਸੁਖਬੀਰ ਸਿੰਘ ਬਾਦਲ ਤਾਂ ਨੇ ਆਣ ਕੇ ਕੋਈ ਪੋਲੀਟੀਕਲ ਕਾਨਫਰੰਸ ਨਹੀਂ ਕੀਤੀਆਂ। ਮੇਰਾ ਖਿਆਲ ਹੈ ਕੈਨੇਡਾ ਦੀ ਜਿਹੜਾ ਉਹ ਲਾ ਪੈ ਉਹਨਾਂ ਨੇ ਪਾਸ ਕੀਤਾ ਸੀ, ਉਹਨਾਂ ਕਿਹਾ ਸੀ ਕਿ ਕੈਪਟਨ ਸਾਹਿਬ ਜਿਹੜੇ ਆ ਉਹ ਆ ਸਕਦੇ ਆ, ਪੋਲੀਟੀਕਲ ਕਾਨਫਰੰਸ ਨਹੀਂ ਕਰ ਸਕਦੇ। ਸੋ ਅਗੇਨ ਟਿਟ ਫੋਰ ਟੈਟ, ਆਪਾਂ ਕਹਿੰਦੇ ਵੀ ਕੈਪਟਨ ਸਾਹਿਬ ਦੀ ਬੇਇੱਜ਼ਤੀ ਹੋਈ ਅਤੇ ਸੱਜਣ ਦੀ ਅਸੀਂ ਬੇਇੱਜ਼ਤੀ ਹੋਈ, ਰਾਈਟ, ਬਰਾਬਰ ਹੋ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਸਟੇਟਸਮੈਨ ਹੁੰਦਾ ਹੈ, ਜਿਹੜਾ ਸਟੇਟ ਦਾ CM ਹੈ ਜਾਂ ਪਾਰਟੀ ਦਾ ਲੀਡਰ ਹੈ, ਉਹਦੀ ਹਿੱਤ ਜਿਹੜੇ ਉਹ ਆਪਣੇ ਹਿੱਤਾਂ ਨੂੰ ਉੱਪਰ ਉੱਠ ਕੇ ਸੋਚਦਾ ਹਮੇਸ਼ਾ ਹੀ। ਜੇ ਸੁਖਬੀਰ ਸਿੰਘ ਬਾਦਲ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਖਲੋ ਸਕਦੇ ਆ, ਅੰਦਰ ਨਹੀਂ ਗਏ, ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹ ਚੀਜ਼ ਮਹਿਸੂਸ ਜ਼ਰੂਰ ਕੀਤੀ ਹੋਊਗੀ। ਜੇ ਕੈਪਟਨ ਸਾਹਿਬ ਨੂੰ ਉਹ ਮੌਕਾ ਮਿਲਿਆ, ਹਰਜੀਤ ਸਿੰਘ ਸੱਜਣ ਨੇ ਵੱਡਾ ਦਿਲ ਦਿਖਾਇਆ, ਤੁਸੀਂ ਸ਼ਾਇਦ ਦੇਖਿਆ ਉਹਨਾਂ ਨੇ ਛੋਟੀ ਜਿਹੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਹਰਜੀਤ ਸਿੰਘ ਸੱਜਣ ਨੇ ਉਸ ਮੀਟਿੰਗ ਤੋਂ ਬਾਅਦ ਵਿੱਚ, ਤਾਂ ਫਿਰ ਕਿਤੇ ਨਾ ਕਿਤੇ ਸਾਡੀਆਂ ਸਰਕਾਰੀ ਧਿਰਾਂ, ਉਹ ਭਾਵੇਂ CM ਲੈਵਲ 'ਤੇ ਸੀ ਭਾਵੇਂ PM ਲੈਵਲ 'ਤੇ ਸੀ, ਉਹ ਇਸ ਗੱਲ ਦਾ ਫਾਇਦਾ ਉਠਾਉਣ ਦੇ ਵਿੱਚ ਨਾਕਾਮਯਾਬ ਹੋਈਆਂ, ਅਤੇ ਨਾਲ ਹੀ ਉਹਨਾਂ ਨੇ ਅੰਡਰ ਐਸਟੀਮੇਟ ਕੀਤਾ ਜਿਹੜੀ ਸਿੱਖ ਡਾਇਸਪੋਰਾ ਦੀ ਪਾਵਰ ਨੂੰ। ਇੰਡੀਆ 'ਚ ਅਸੀਂ 1.8% ਮੰਨੇ ਜਾਂਦੇ ਹਾਂ, ਇੰਡੀਆ 'ਚ ਪਾਪੂਲੇਸ਼ਨ ਸਿੱਖ, ਅਸੀਂ ਇੱਥੇ 1.4% ਹੈ। ਇਹ ਮੋਸ਼ਨ ਪੋਸਟਪੋਨ ਸੇਮ ਐਜ਼ ਵਿਦਡਰਾ, ਠੀਕ ਹੈ, ਉਹ ਹੋ ਜਾਂਦਾ ਉੱਥੇ 1.8% ਹੈ। ਉੱਥੇ ਜਿਹੜਾ ਵਤੀਰਾ ਸਾਡੇ ਸਿੱਖਾਂ ਪ੍ਰਤੀ ਉਹ ਜੱਗ ਜ਼ਾਹਿਰ ਹੈ, ਇੱਥੇ ਵਤੀਰਾ ਟੋਟਲੀ ਡਿਫਰੈਂਟ ਹੈ। ਬੰਦੇ ਅਸੀਂ ਉਹ ਹੈ, ਦੋ ਕੰਟਰੀਜ਼ ਨੇ, ਕੀ ਮਤਲਬ ਐਸੀ ਕੋਈ ਤਬੂਤੀ ਜਿਹੜੀ ਸਾਨੂੰ ਮਿਲ ਜਾਂਦੀ ਕਿ ਅਸੀਂ ਕੈਨੇਡਾ ਜਾਂ ਅਮੈਰੀਕਾ ਜਾਂ ਯੂਰਪ ਦੇ ਵਿੱਚ ਕਿਤੇ ਕੰਟਰੀ ਜਾ ਕੇ ਅਸੀਂ ਵੀ ਆਰ ਰਿਸਪੈਕਟਡ ਐਂਡ ਵੀ ਆਰ ਸਕਸੈਸਫੁਲ, ਕਿ ਇੰਡੀਆ 'ਚ ਸਾਨੂੰ ਮਤਲਬ ਇਸ ਆਈ ਹੇਟ ਟੂ ਯੂਜ਼ ਦ ਵਰਡ ਕਿ ਸੈਕਿੰਡ ਗ੍ਰੇਡ ਸੀਜ਼ਨ ਨਾਲ ਦਰਜਾ ਦਿੱਤਾ ਜਾਂਦਾ। ਬਾਰ ਸਾਹਿਬ, ਇਹ ਸਾਨੂੰ ਹੀ ਬਹੁਤ ਹੀ ਸਮਝਣ ਦੀ ਲੋੜ ਹੈ ਇਸ ਚੀਜ਼ ਨੂੰ ਡੈਫਥ ਦੇ ਵਿੱਚ। ਸਾਨੂੰ ਜਦੋਂ ਪੰਜਾਬ ਦੇ ਕਾਲੇ ਦਿਨਾਂ ਦੇ ਦੌਰਾਨ ਵੀ ਸਿੱਖਾਂ ਨੂੰ ਲੇਬਲ ਲਾ ਕੇ ਤੁਸੀਂ ਇਲੀਮੀਨੇਟ ਕਰਨਾ ਸ਼ੁਰੂ ਕਰ ਦਿਓ, ਮਨੁੱਖੀ ਅਧਿਕਾਰ ਤਾਂ ਪਛਾਣ ਦੀਆਂ ਗੱਲਾਂ ਰਹਿ ਗਈਆਂ। ਹੁਣ ਜਦੋਂ ਕਿ ਪੰਜਾਬ ਦੁਬਾਰਾ ਸਟੇਬਲਾਈਜ਼ ਹੋਇਆ ਹੋਇਆ, ਸਿੱਖ ਇੱਕ ਸ਼ਕਤੀ ਬਣ ਕੇ ਉੱਭਰ ਰਹੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਉਹਨਾਂ ਦੀ ਹਿਊਮਨ ਰਾਈਟ ਤੱਕ ਬਹੁਤ ਪਾਵਰ, ਉਹਨਾਂ ਦੀ ਪਹੁੰਚ ਹੈ, ਉਹਨਾਂ ਦੇ ਲਾਅ ਮੇਕਰਸ ਨਾਲ ਪਹੁੰਚ ਹੈ। ਉਸ ਮੌਕੇ ਇੱਕ ਪੁਰਾਣੇ ਮੁੱਦੇ ਨੂੰ ਚੱਕ ਲੈਣਾ, ਉਹ ਜੋ ਜਸਪਾਲ ਸਿੰਘ ਅਟਵਾਲ ਦਾ ਮੁੱਦਾ ਚੱਕਿਆ, ਇਹ ਕਨੇਡੀਅਨ, ਜੇ ਉਹ ਉੱਥੇ ਗਏ ਹੈ, ਇਸ ਕਨੇਡੀਅਨ ਪ੍ਰੋਬਲਮ ਹੈ। ਇੰਡੀਅਨ ਮੀਡੀਆ ਨੇ ਜਿਸ ਤਰ੍ਹਾਂ ਉਹ ਸਾਰਾ ਮੁੱਦਾ ਹੀ ਖਿਲਾਰਤਾ, ਮਤਲਬ ਜੇ ਤੁਸੀਂ ਗੌਰ ਨਾਲ ਵੇਖੋ ਤਾਂ ਇਹਦਾ ਮਕਸਦ, ਜੇ ਅਸੀਂ ਬਹੁਤ ਬਰੀਫ 'ਚ ਵੇਖੀਏ ਤਾਂ ਇਹ ਸੀ ਕਿ ਇੱਕ ਸਖ ਸਿੱਖ ਵਫਦ ਡੋਮੀਨੇਟ ਹੋ ਕੇ ਇਹ ਕਨੇਡੀਅਨ ਪ੍ਰੀਮੀਅਮ ਨੂੰ ਪੰਜਾਬ ਲੈ ਕੇ ਜਾ ਰਿਹਾ, ਪੰਜਾਬ ਦੇ ਹਿੱਤਾਂ ਵਾਸਤੇ, ਸਮਝੌਤੇ ਕਰਨ ਵਾਸਤੇ ਜਾ ਰਿਹਾ, ਉਹਨੂੰ ਤਾਰ ਪੀਟੋ ਕਰਨ ਖਾਤਰ। ਇੰਡੀਅਨ ਮੀਡੀਆ ਵੀ, ਕਨੇਡੀਅਨ ਮੀਡੀਆ ਵੀ ਇੱਕ ਪਾਸੇ ਹੋ ਗਿਆ, ਪਰ ਇੱਥੇ ਸਾਨੂੰ ਸਮਝਣ ਦੀ ਲੋੜ ਹੈ। ਜਿਹੜੇ ਲੋਕ ਖਾਲਿਸਤਾਨੀ ਤਾੜੀਆਂ ਮਾਰਦੇ ਵੀ ਸਾਡਾ ਜੀ ਮੁੱਦਾ ਨਾ ਉੱਪਰ ਆ ਗਿਆ, ਨੋ, ਸਿੱਖ ਆਪਣੇ ਆਪ 'ਚ ਕੰਪਲੀਟ ਹੈ। ਜਿਹੜੇ ਉੱਥੇ ਇਲੈਕਸ਼ਨ ਕਨੇਡਾ ਦੇ ਵਿੱਚ ਲੜਦੇ ਆ, ਉਹ ਕਿਸੇ ਵੱਖ ਵੱਖਵਾਦ ਜਾਂ ਹੋਰ ਮੁੱਦੇ 'ਤੇ ਨਹੀਂ ਲੜਦੇ ਗੇ, ਉਹ ਸਿੱਖ ਦੇ ਤੌਰ 'ਤੇ ਲੜਦੇ। ਹਾਂ, ਸਿੱਖ ਜਿੱਥੇ ਵੀ ਸਿੱਖ ਦਾ ਨਿਆਂ ਹੋਊਗਾ ਉੱਥੇ ਬੋਲੂਗਾ, ਉਹਨੂੰ ਤੁਸੀਂ ਜੋ ਮਰਜ਼ੀ ਲੇਬਲ ਲਾ ਦਿਓ, ਪਰ ਐਜ ਏ ਜਿਹੜਾ ਬਾਹਰ ਵਿਦੇਸ਼ਾਂ ਦੇ ਵਿੱਚ ਸਿੱਖ ਹੈ, ਉਹ 'ਚ ਮਜੋਰਟੀ, ਉਹ ਚਾਹੁੰਦੇ ਪੰਜਾਬ ਸਾਡਾ ਸੁਰੱਖਿਅਤ ਰਹੇ, ਉਹ ਪੁਰਾਣੇ ਦਿਨ ਸਾਡੇ ਨਾ ਆਉਣ। ਪਰ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਸਾਨੂੰ ਕੋਈ ਜੋੜਦਾ ਇਹੋ ਜਿਹੇ ਮੁੱਦਿਆਂ ਨਾਲ ਵੀ ਇਹ ਤਾਂ ਜੀ ਖਾਲਿਸਤਾਨੀ, ਇਹ ਜੀ ਟੈਰੋਰਿਸਟ ਹੈ, ਉੱਥੇ ਸਾਰੇ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ, ਨੋਟ ਕਰਨਾ ਚਾਹੀਦਾ ਕਿ ਸਾਜਿਸ਼ ਅਧੀਨ। ਤੁਸੀਂ ਹੁਣ ਦੂਜੂ ਲਾ ਕੇ ਵੇਖੋ ਵੀ ਜੀ ਇਹ ਹੀ ਵਫਦ ਪਾਵਰਫੁੱਲ ਫੇਰੀ ਕਾਮਯਾਬ ਹੋ ਕੇ ਆਉਂਦੀ, ਸਭ ਤੋਂ ਵੱਧ ਫੇਰਾ ਪੰਜਾਬ ਤੋਂ ਆਉਣਾ ਸੀ, ਬਹੁਤ ਕੋਈ ਸ਼ੱਕ। ਅੱਜ ਹੁਣ ਦੁਬਾਰਾ ਜਿਹੜੇ ਹਾਲਾਤ ਬਣ ਗਏ ਹੈ, ਕਨੇਡਾ ਦੇ ਪਾਰਲੀਮੈਂਟ 'ਚ ਰੌਲਾ ਪਿਆ, ਡਿਸਰਿਸਪੈਕਟ ਐਟਮੋਸਫੀਅਰ ਪੈਦਾ ਹੋ ਗਿਆ, ਤੁਸੀਂ ਮੰਨੋਗੇ ਵੀ ਦੁਬਾਰਾ ਕੋਈ ਕਨੇਡੀਅਨ ਪ੍ਰਾਈਮ ਮਿਨਿਸਟਰ
ਉੱਥੇ ਜਾਣ ਨੂੰ ਉਸ ਜੋਸ਼ੋ ਖਰੋਸ਼ ਨੇ ਜਾਊਗਾ। ਇਹ ਮਾਹੌਲ ਪੈਦਾ ਕੀਤਾ ਗਿਆ, ਸਾਨੂੰ ਸਮਝਣ ਦੀ ਲੋੜ ਹੈ ਕਿ ਅੱਗੇ ਤੋਂ ਇਹ ਮਾਹੌਲ ਪੈਦਾ ਨਾ ਹੋਵੇ। ਬਰਾੜ ਸਾਹਿਬ 10 ਸਾਲ ਰਾਜ ਕੀਤਾ ਤੁਸੀਂ ਜੀ, ਠੀਕ ਹੈ, ਇਹ ਵੀ ਤੈਰਾਗੀ ਹੈ, ਇਹ ਆਮ ਆਦਮੀ ਪਾਰਟੀ ਤੇਰਾ ਹੈ ਜੀ, ਜੋ ਅੱਜ ਦੇ ਵਾਤਾਵਰਨ ਹੈ ਤਿੰਨਾਂ ਧਿਰਾਂ 'ਚੋਂ ਕਿਸੇ ਧਿਰ ਨੇ ਆਉਣਾ? ਇੱਕ ਧਿਰ ਸਾਡਾ ਹੈ, ਉਹਦੀ ਆਪਣੀ ਸ਼ਾਖਾ ਹੈਗੀ, ਉਹਦੀ ਇੱਕ ਆਪਣੀ ਆਈਡੀਓਲੋਜੀ ਹੈਗੀ ਹੈ, ਜਿਹਨਾਂ ਦੀ ਗੱਲ ਮੈਂ ਹਾਲੇ ਕਰਨੀ ਹੈ, ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਗੱਲ ਕਰਨੀ, ਕਿਉਂਕਿ ਉਹਨਾਂ ਦੇ ਨੁਮਾਇੰਦੇ ਵੀ ਜਿਹੜੇ ਰੋਕੇ ਗਏ ਨੇ, ਰਾਤ ਨੂੰ ਛਾਪੇ ਵੱਜੇ ਨੇ, ਜਿਹੜਾ ਆਪਣੇ ਆਪ 'ਚ ਇੱਕ ਹਿਊਮਨ ਰਾਈਟਸ ਦਾ ਜਾਂ ਹੱਕਾਂ ਦਾ ਕਾਣ ਹੈ, ਉਹ ਗੱਲ ਮੈਂ ਇਹਨਾਂ ਨੂੰ ਜਾਖੜ ਸਾਹਿਬ ਤੋਂ ਬਾਅਦ 'ਚ ਕਰਦਾ। ਪਰ ਕੀ ਬਾਦਲ ਦਲ ਇਹਨਾਂ ਚੀਜ਼ਾਂ ਤੋਂ ਲਰਨ ਕਰਕੇ ਜਦੋਂ ਉਹਨਾਂ ਦੀ ਸਰਕਾਰ ਆਉਂਦੀ ਹੈ ਇਹੋ ਜਿਹੇ ਅਹਿਮ ਫੈਸਲੇ ਲੈਣ ਨੂੰ ਤਿਆਰ? ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਹੁਣ ਵੀ ਜਿੰਨਾ ਇਹ ਰਿਕਾਰਡ ਹੋ ਰਿਹਾ ਬਰਾੜ ਸਾਹਿਬ, ਮੈਂ ਅਸੀਂ ਹੁਣ ਦਾ ਰੈਕਡ ਕਹਿ ਰਹੇ, ਹਿਸਟਰੀ ਹੈ, ਦੇਖੋ ਜੀ ਮੈਂ ਅਸੀਂ ਹੁਣ ਦਾ ਰੈਕਡ ਕਹਿ ਰਿਹਾ, ਸ਼੍ਰੋਮਣੀ ਅਕਾਲੀ ਦਲ ਅੱਜ ਨਹੀਂ ਪਹਿਲਾਂ ਵੀ, ਤੁਸੀਂ ਪੁਰਾਣੀ ਇਤਿਹਾਸ ਵੇਖੋ, ਜਦੋਂ ਸਾਡਾ ਰਾਜ ਸੀ 10 ਸਾਲ, ਪੰਜਾਬ ਦੇ ਵਿੱਚ ਜੋ ਵੀ ਡਿਗਨਿਟਰੀ ਆਉਂਦੇ ਸੀਗੇ ਉਹਨਾਂ ਨੂੰ ਪਾਰਟੀ ਦੇ ਪ੍ਰਧਾਨ ਅਤੇ ਸਾਡੇ ਡਿਪਟੀ CM ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਲੈਣ ਇਨਵਾਈਟ ਕਰਦੇ ਸੀਗੇ। ਇਹ ਇੱਕ ਨਾਂ ਨਹੀਂ, ਮੈਂ ਅਨੇਕਾਂ ਧਾਰਨਾ ਦੇ ਸਕਦਾ, ਪਰ ਤੁਹਾਡਾ ਆਪਣਾ ਸਮਾਂ ਸੀਮਤ ਹੈ, ਮੈਂ ਮੁੱਦੇ 'ਤੇ ਰਹਿਣਾ ਚਾਹੁੰਦਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਤੁਸੀਂ ਸਵਾਲ ਕੀਤਾ ਵੀ ਆਉਣ ਵਾਲੇ ਹੋਊਗਾ, ਸਾਡਾ ਪਹਿਲਾਂ ਵੀ ਸੀ, ਰਹੂਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ। ਇਸ ਪਰ BJP ਤੇ ਜਦੋਂ ਗੱਲ ਆਉਂਦੀ ਉਦੋਂ ਚੁੱਪ ਕਰ ਜਾਂਦੇ, ਉਦੋਂ ਕਿਉਂ ਨਹੀਂ ਫਿਰ ਗੱਲ ਕਰਦੇ? ਹੁਣ ਹੁਣ ਬਾਦਲ ਸਾਹਿਬ ਜਾ ਕੇ ਜਾਂ ਸੁਖਬੀਰ ਸਿੰਘ ਬਾਦਲ ਜਾ ਕੇ ਉੱਥੇ ਕਹਿੰਦੇ ਨਾ ਕਿ ਨਾ ਮੋਦੀ ਸਾਹਿਬ ਨੂੰ ਵੀ ਪ੍ਰਾਈਮ ਮਿਨਿਸਟਰ ਆ ਰਹੇ ਹੈ, ਕਿਉਂ ਨਾ ਆਪਾਂ ਜਾ ਕੇ ਸਾਰੀ ਉਹਨਾਂ ਨੂੰ ਜਾਓ ਭਗਤ ਕਰੀਏ, ਉਹਨਾਂ ਨੂੰ ਵੈਲਕਮ ਕਰੀਏ ਏਅਰਪੋਰਟ ਤੇ ਜਾ ਕੇ, ਜਦੋਂ ਆਪਦੇ ਕੰਮਾਂ ਬਾਰੇ ਮੇਰੀ ਦੂਸਰੀ ਗੱਲ ਸਹਿਮਤ ਕੌਰ ਬਾਦਲ ਤੋੜ ਸਕਦੇ ਸੀ, ਤੋੜ ਸਕਦੇ ਸੀ ਬਿਲਕੁਲ। ਜੇ ਆਪਾਂ ਸਿੱਖ ਮਿਨਿਸਟਰ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ PM ਬਣੇ ਸੀ ਆਪਣੇ ਜਸਟਿਨ ਟਰੂਡੋ, ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਬਣੇ, ਤੇ ਇਹ ਇਹਨਾਂ ਦੀ ਫੇਰੀ ਸੀ ਵਾਈਟ ਹਾਊਸ, ਫਸਟ ਟਾਈਮ ਆਈ ਵਾਜ਼ ਦੇਅਰ, ਤੇ ਅਸੀਂ ਉਹਨਾਂ ਨੂੰ ਜਦੋਂ ਵੈਲਕਮ ਕੀਤਾ ਸ਼ਾਮ ਨੂੰ, ਸਟੂਡੈਂਟਸ ਦੀ ਯੂਨੀਵਰਸਿਟੀ ਸਟੂਡੈਂਟਸ ਨਾਲ ਉਹਨਾਂ ਦੀ ਮੀਟਿੰਗ ਸੀ, ਇੱਕ ਲੜਕੀ ਨੇ, ਇੱਕ ਸਟੂਡੈਂਟ ਨੇ ਉਹਨੂੰ ਪੁੱਛਿਆ ਕਿ ਤੁਹਾਡੇ, ਸਾਨੂੰ ਖੁਸ਼ੀ ਹੈ ਕਿ ਤੁਹਾਡੀ ਜਿਹੜੀ ਕੈਬਨਿਟ ਵਿੱਚ ਪੰਜਾਬੀ ਮੰਤਰੀ ਨੇ, ਐਂਡ ਜਸਟਿਨ ਟਰੂਡੋ ਨੂੰ ਰੋਕ ਕੇ ਕਿਹਾ ਨਹੀਂ ਪੰਜਾਬੀ ਨਹੀਂ ਸਿੱਖ ਮੰਤਰੀ ਨੇ, ਅਤੇ ਇੰਨੇ ਸਿੱਖ ਮੰਤਰੀ ਤਾਂ ਤੁਹਾਡੀ ਮੋਦੀ ਦੀ ਕੈਬਨਿਟ 'ਚ ਵੀ ਨਹੀਂ ਹੈਗੇ। ਫਿਰ ਉਸ ਤੋਂ ਬਾਅਦ ਆਲੂਵਾਲੀਆ ਸਾਹਿਬ ਨੂੰ ਜਾਂ ਹਰਦੀਪ ਸਿੰਘ ਪੁਰੀ ਜਿਹੜੇ ਆ ਵਿਜ਼ੀਬਲ ਸਿੱਖ ਮਿਨਿਸਟਰ ਜਿਹੜੇ, ਉਹਨਾਂ ਨੂੰ ਲਿਆ ਗਿਆ। ਸੋ ਇਹਦੇ ਵਿੱਚ ਵੀ ਜਸਟਿਨ ਟਰੂਡੋ ਦੀ ਕੋਈ ਨਾ ਕੋਈ ਦੇਣ ਜ਼ਰੂਰ ਹੈਗੀ ਹੈ। ਪਰ ਮੈਂ ਭਾਈ ਜਾਖੜ ਦੀ ਇਸ ਗੱਲ ਨਾਲ ਸਹਿਮਤ ਹਾਂ ਵੀ ਜੇ ਬਾਹਰ ਬੈਠਾ ਇੱਕ ਜਿਹੜਾ ਕੈਨੇਡਾ ਇਜ਼ ਨੋਨ ਐਜ਼ ਦਾ ਬੈਸਟ ਐਂਡ ਦਾ ਫਸਟ ਕੰਟਰੀ ਫਾਰ ਦਾ ਹਿਊਮਨ ਰਾਈਟਸ, ਅੱਜ ਐਮ ਰੈਕਡ ਉਹਨਾਂ ਦੀ ਫਸਟ ਰੇਟਿੰਗ ਹੈ, ਜੇ ਉਹ ਆਪਣੇ ਸਿਟੀਜ਼ਨ ਜਾਂ ਉਹਨਾਂ ਦੇ ਭੈਣ ਭਰਾਵਾਂ ਬਾਰੇ ਇਸ ਤਰ੍ਹਾਂ ਦੀ ਗੱਲਬਾਤ ਕਰ ਸਕਦੇ ਆ, ਤਾਂ ਕਿਉਂ ਨਹੀਂ ਅਸੀਂ ਪੰਜਾਬ ਦੇ ਵਿੱਚ ਬੈਠੇ ਹੋਏ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਸਿੱਖਾਂ ਦੀ ਪਾਰਟੀ ਆ, ਉਹ ਇੱਦਾਂ ਦਾ ਸਟੈਂਡ ਕਿਉਂ ਨਹੀਂ ਲੈ ਸਕਦੇ? ਤਾਂ ਭਾਜੀ ਕਾਂਗਰਸ ਦੀ ਆਈਡੀਆਲੋਜੀ ਇਹ ਨਹੀਂ ਗੀ, ਤੁਸੀਂ ਪਿਛਲੇ 40 ਸਾਲ ਕਾਂਗਰਸ ਨੇ ਰਾਜ ਕੀਤਾ, ਸੈਂਟਰ ਦੇ ਵਿੱਚ ਹਜ਼ਾਰਾਂ ਕਿੰਨਾ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਹੋਰ ਕੰਟਰੀਆਂ ਦੇ ਆਏ ਆ, ਦੱਸੋ ਤੁਸੀਂ ਮੈਨੂੰ ਹੋਰ ਕਿਸੇ ਦੀ ਕਿਸ ਤਰ੍ਹਾਂ ਦੀ ਨਹੀਂ ਕੀਤੀ ਕਦੇ ਕਾਂਗਰਸ ਦੇ 40 ਸਾਲ ਦੇ ਰਾਜ ਦੇ ਵਿੱਚ, ਅਤੇ BJP ਦੀ ਆ ਸੈਕਿੰਡ ਟਰਮ ਹੈਗੀ ਹੈ, ਅਤੇ ਵੇਖ ਲਓ ਰਿਪਾਈਵਲ ਪਾਰਟੀ, ਚਲੋ ਹੋਰ ਸਾਰਿਆਂ ਨੂੰ ਛੱਡ ਦਿਓ, ਮੋਦੀ ਸਾਹਿਬ ਨੂੰ ਵੀ ਛੱਡ ਦਿਓ ਵੀ ਚਲੋ ਨਹੀਂ ਪਹੁੰਚੇ ਉਹਨਾਂ ਦੀ ਕਰਨ ਵਾਸਤੇ ਕਿਨਾ ਆਓ ਭਗਤ ਕਰਨ ਵਾਸਤੇ, ਲੇਕਿਨ ਐਟਲੀਸਟ ਹਰਸਿਮਰਤ ਬਾਦਲ ਤਾਂ ਅੰਮ੍ਰਿਤਸਰ ਪਹੁੰਚ ਸਕਦੇ ਸੀ, ਦਿੱਲੀ ਏਅਰਪੋਰਟ 'ਤੇ ਪਹੁੰਚ ਸਕਦੇ ਸੀ ਐਟਲੀਸਟ, ਚਲੋ ਫਿਰ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਸੀ ਵੀ ਅਕਾਲੀ ਦਲ ਵਾਲੇ ਚਲੋ ਜੀ ਠੀਕ ਹੈ ਜੀ, ਅਸੀਂ ਇਹਨਾਂ ਨੂੰ ਮੰਨ ਸਕਦੇ। ਬਰਾੜ ਸਾਹਿਬ ਹਾ ਦਾ ਨਾਰਾ ਬਣਦਾ ਸੀ, ਮੈਂ ਜਾਖੜ ਸਾਹਿਬ ਦਾ ਬਿਲਕੁਲ, ਉਹਨਾਂ ਨੇ ਮੁੱਦਾ ਬੜਾ ਟੇਢਾ ਕੁਐਸਚਨ ਕਰਤਾ, ਪਰ ਮੈਂ ਬੇਨਤੀ ਕਰਾਂ ਵੀ ਸਾਡਾ BJP ਨਾਲ ਸਮਝੌਤਾ ਜਿਹੜਾ ਉਹ ਇੱਕ ਰਾਜਨੀਤਿਕ ਸਮਝੌਤਾ ਹੈ। ਮੈਂ ਥੋੜ੍ਹਾ ਜਿਹਾ ਰਿਮਾਇੰਡ ਕਰਾਵਾਂ, ਹਰਿਆਣੇ 'ਚ ਇਲੈਕਸ਼ਨ ਹੋਈ, ਅਸੀਂ ਲੋਕ ਲਾਲ ਨਾਲ ਖੜੇ ਸੀਗੇ ਐਂ ਗੁਆਂਢ ਦੇ ਵਿੱਚ, ਸਰਦਾਰ ਮਨਜੀਤ ਸਿੰਘ ਜੀ ਕੇ ਜਿਵੇਂ ਕਹਿੰਦੇ ਹੁੰਦੇ ਵੀ ਸਮਝੌਤੇ ਦਾ ਮਕਸਦ ਇਹ ਨਹੀਂ ਅਸੀਂ ਸਿਧਾਂਤ ਤਿਆਗ 'ਤੇ ਆ। ਮੈਂ ਸ਼ੁਰੂ 'ਚ ਤੁਹਾਨੂੰ ਯਾਦ ਹੋਣਾ ਪਹਿਲਾਂ ਕਿਹਾ ਸੀ ਕਿ ਭਾਵੇਂ ਕਿ ਅਸੀਂ ਸੱਤਾ 'ਚ ਪਾਰਟਨਰ ਹਾਂ, ਬਟ ਜੇ ਟੁੱਡੋ ਸਾਹਿਬ ਦਾ ਰਿਸਪੈਕਟ ਉਹਨੀ ਨਹੀਂ ਮਿਲੀ, ਅਸੀਂ ਇਹਦੇ ਵਾਸਤੇ ਕੇਂਦਰ ਨੂੰ ਦੋਸ਼ੀ ਮੰਨਦੇ ਹਾਂ। ਇਹ ਇਹ ਲੁਕੀ ਛਿਪੀ ਨਹੀਂ, ਬਾਕੀ BJP ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਅਕਾਲੀ ਦਲ ਵਾਸਤੇ ਬਿਲਕੁਲ ਜ਼ਰੂਰੀ ਨਹੀਂ, ਉਹਨਾਂ ਦਾ ਸਾਡੀਆਂ ਸਾਰੀਆਂ ਨਾਲ ਹੋਣਾ ਸਹਿਮਤ ਨਹੀਂ ਗਾ। ਪਰ ਹਾਂ, ਜਦੋਂ ਰਾਜਨੀਤਿਕ ਸਮਝੌਤੇ ਹੁੰਦੇ, ਤੁਸੀਂ ਜਾਣਦੇ ਹੋ ਕਿ ਰਾਜਨੀਤੀ ਇੱਕ ਉਸ ਤਰ੍ਹਾਂ ਹੀ ਸਮਝੌਤੇ ਕਰਨੇ ਪੈਂਦੇ, ਸਮੇਂ ਦੀਆਂ ਲੋੜਾਂ ਹੁੰਦੀਆਂ। ਪਰ ਇੱਥੇ ਤੁਸੀਂ ਵੇਖੋ GK ਸਾਹਿਬ ਦਾ ਨਾਂ ਲਿਆ, ਮਨਜੀਤ ਸਿੰਘ GK ਜਦੋਂ ਪਿਛਲੇ ਕੁਛ ਡੇਢ ਸਾਲ ਪਹਿਲਾਂ ਇੱਥੋਂ ਗਏ ਸੀਗੇ ਅਮਰੀਕਾ ਕੈਨੇਡਾ ਤੋਂ ਵਾਪਸ ਜਾ ਕੇ, ਔਰ ਦ ਸੇਮ ਡੇ ਜਦੋਂ ਵਾਪਸ ਗਏ ਉਦਣ ਮਹਿਤਾ ਚੌਂਕ ਵਿੱਚ ਵਿਖੇ ਨਾ ਸਰਦਾਰ ਆਪਣਾ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਬਰਸੀ ਸੀਗੀ, ਅਤੇ ਉੱਥੇ ਉਹਨਾਂ ਨੇ ਸਪੀਚ ਕੀਤੀ ਸੀ ਸਰਦਾਰ ਮਨਜੀਤ ਸਿੰਘ GK ਜਿਹੜੇ ਦਿੱਲੀ ਗੁਰਦੁਆਰਾ ਮੈਨੇਜਮੈਂਟ KT ਦੇ ਪ੍ਰਧਾਨ ਨੇ, ਉਹਨਾਂ ਕਿਹਾ ਸੀਗਾ ਉੱਥੇ
ਔਰ ਉਹ ਰਿਕਾਰਡਡ ਸਪੀਚ ਹੈਗੀ ਹੈ ਕਿਸੇ ਨੇ ਵੇਖਣੀ ਹੋਵੇ ਕਿ ਐਜ਼ ਏ ਸਿੱਖ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਉਹਨਾਂ ਨੇ ਪਾਰਟੀਆਂ ਦਾ ਨਾਂ ਲੈ ਕੇ ਕਿਹਾ ਸੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਸੋ ਇੱਥੇ ਜਾਖੜ ਸਾਹਿਬ ਦੀ ਇਹ ਗੱਲ ਕਰਨੀ ਜਿਹੜੀ ਜਾਇਜ਼ ਹੈ ਵੀ ਜਦੋਂ ਇਹ ਗੱਲ ਐਜ਼ ਏ ਸਿੱਖ ਰਿਸਪੈਕਟ ਦੀ ਜਾਂ ਪੰਜਾਬੀਅਤ ਦੀ ਆਈ ਸੀਗੀ ਸੋ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਪਾਰਟੀ ਲੈਕ ਕੀਤੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜੇ ਉਹਦੇ 'ਚ ਲੀਡ ਲਈ ਆ ਤਾਂ ਉਹਨਾਂ ਨੂੰ ਪੂਰੀ ਲੀਡ ਲੈਣੀ ਚਾਹੀਦੀ ਸੀ ਉਹਨਾਂ ਨੂੰ ਪੰਜਾਬ ਤੱਕ ਬਾਦਲ ਵੱਡੇ ਬਾਦਲ ਸਾਹਿਬ ਦੀ ਇੰਨੀ ਕੁ ਰਿਸਪੈਕਟ ਹੈ ਯਕੀਨ ਹੈ ਬੀਜੇਪੀ ਦੇ ਵਿੱਚ ਵੀ ਜੇ ਉਹ ਜਾ ਕੇ ਖੜ ਜਾਂਦੇ ਇੱਕ ਵਾਰੀ ਸੈਂਟਰ ਦੇ ਵਿੱਚ ਕਿਸੇ ਕੋਲ ਰਾਜਨਾਥ ਸਿੰਘ ਕੋਲ ਗ੍ਰਹਿ ਮੰਤਰੀ ਕੋਲ ਕਿਸੇ ਕੋਲ ਵੀ ਕਹਿ ਜਾਂਦੇ ਵੀ ਆਪਾਂ ਉਹਨਾਂ ਨੂੰ ਰਿਸੀਵ ਕਰਨਾ ਮੈਂ ਦਾਅਵੇ ਨਾਲ ਕਹਿੰਦਾ ਵੀ ਕੋਈ ਜਵਾਬ ਨਹੀਂ ਦੇ ਸਕਦਾ ਉਹਨਾਂ ਨੂੰ ਮੈਂ ਬੇਨਤੀ ਫਿਰ ਕਰਨ ਲੱਗਾ ਜਿਹੜਾ ਪ੍ਰੋਟੋਕਾਲ ਹੁੰਦਾ ਇੰਟਰਨੈਸ਼ਨਲ ਲੀਡਰ ਦਾ ਜਿਵੇਂ ਪੰਜਾਬ ਦੇ ਵਿੱਚ ਸਾਡੇ ਕੋਲ ਇਹ ਪਰਮਿਸ਼ਨ ਨਹੀਂ ਸੀ ਕਿ ਅਸੀਂ ਉਹਨਾਂ ਨੂੰ ਉੱਥੋਂ ਅੱਡੇ ਤੋਂ ਜਦੋਂ ਕਿ ਅਸੀਂ ਬੇਨਤੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਸੀਂ ਉੱਥੋਂ ਉਹਨਾਂ ਨੂੰ ਜਲੂਸ ਦੀ ਸ਼ਕਲ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਅੰਮ੍ਰਿਤਸਰ ਏਅਰਪੋਰਟ ਤੋਂ ਪਰ ਉੱਥੇ ਕਿਉਂਕਿ ਸਰਕਾਰ ਉੱਥੇ ਐਕਸਟਰਨਲ ਮਿਨਿਸਟਰੀ ਐਕਸਟਰਨਲ ਅਫੇਅਰਸ ਪੰਜਾਬ ਹੋਮ ਮਿਨਿਸਟਰੀ ਉਹਨਾਂ ਦਾ ਹੀ ਫਰਜ਼ ਬਣਦਾ ਸੀ ਉਹਨਾਂ ਨੇ ਕੀਤਾ ਬਾਕੀ ਜਿਹੜਾ ਮਨਜੀਤ ਸਿੰਘ ਜੀ ਕੇ ਬਾਰੇ ਜਿਸ ਤਰ੍ਹਾਂ ਆਖਿਆ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਪੋਕਸਮੈਨ ਹੋਰ ਸੀ ਮੈਂ ਬੇਨਤੀ ਕਰਾਂਗੇ ਤੁਸੀਂ ਮਨਜੀਤ ਸਿੰਘ ਜੀ ਕੇ ਨੇ ਇਕੱਲੀ ਉਹ ਸਟੇਟਮੈਂਟ ਨਹੀਂ ਹੋਰ ਵੀ ਸਾਰੀਆਂ ਕੱਲ੍ਹ ਵੀ ਜਿਹੜੀਆਂ ਦਿੱਤੀਆਂ ਤੁਸੀਂ ਸੁਣ ਲਈਆਂ ਵੀ ਜਿਹੜੇ ਸਿੱਖ ਮੁੱਦਿਆਂ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੂਗਾ ਜੇ ਸਾਡੇ ਪੰਜਾਬ 'ਚ ਧੱਕਾ ਹੁੰਦਾ ਜਾਂ ਵਿਦੇਸ਼ਾਂ ਦੇ ਵਿੱਚ ਧੱਕਾ ਹੁੰਦਾ ਕਿਸੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਸਟੈਂਡ ਲਊਗਾ ਕਿਉਂਕਿ ਐਜ਼ ਏ ਸਿੱਖ ਜਿਵੇਂ ਕਾਹਲੋ ਸਾਹਿਬ ਨੇ ਦੱਸਿਆ ਆਪਣੇ ਹੋਰ ਡਿਫਰੈਂਸ ਹੋ ਸਕਦੇ ਆ ਪਰ ਜਿੱਥੇ ਸਿੱਖ ਦਾ ਰਿਸਪੈਕਟ ਦਾਅ 'ਤੇ ਲੱਗੀ ਹੈ ਜਾਂ ਕਿਤੇ ਸਾਡੇ ਨਾਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਉੱਥੇ ਵੀ ਸ਼ੁੱਡ ਸਟੈਂਡ ਆਲ ਟੂਗੈਦਰ ਇਹੀ ਮੈਂ ਪਹਿਲਾਂ ਹੀ ਵੇਖੀ ਸੀ ਵੀ ਪੰਜਾਬ ਦੇ ਵਿੱਚ ਜੇ ਉਹ ਇੱਕ ਸਿੱਖ ਵਫ ਲੈ ਕੇ ਆ ਰਹੇ ਆ ਤਾਂ ਇਹ ਇਕੱਲਾ ਅਕਾਲੀ ਦਲ ਨਹੀਂ ਬਲਕਿ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਹੋਰ ਸਿੱਖ ਜਥੇਬੰਦੀਆਂ ਵੀ ਜੇ ਸਾਰੀਆਂ ਸਵਾਗਤ ਕਰਦੀਆਂ ਤਾਂ ਹੋਰ ਚੰਗਾ ਅਪਰੇਸ਼ਨ ਪੈਣਾ ਸੀ ਮੇਰੀ ਇਹ ਬੇਨਤੀ ਅਤੇ ਜੇ ਸ਼ਿਕੰਜਾ ਨਾ ਕੱਸਿਆ ਹੁੰਦਾ ਸਰਕਾਰ ਦੁਆਰਾ ਅਕਾਲੀ ਅੰਮ੍ਰਿਤਸਰ ਦੇ ਉੱਤੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਜ਼ਰੂਰ ਧੂਮਧਾਮ ਏਅਰਪੋਰਟ ਤੋਂ ਲੈ ਕੇ ਮੈਂ ਹਾਂ ਬੇਨਤੀ ਹੋਰ ਕਰਨ ਲੱਗਾ ਸੀ ਜਿਸ ਤਰ੍ਹਾਂ ਉਹਨਾਂ ਨੂੰ ਅਰੈਸਟ ਕਰ ਲੈਣਾ ਕਸਾ ਸਰਦਾਰ ਕਰਤੈਲ ਸਿੰਘ ਪੀਰ ਮੁਹੰਮਦ ਉਹਨਾਂ ਨੂੰ ਜਾਂ ਦੇਖੋ ਜਿਹੜੀ ਫਰੀਡਮ ਆਫ ਸਪੀਚ ਹੈ ਇਹਨੂੰ ਅਸੀਂ ਕਦੇ ਹੋਰ ਨਹੀਂ ਕਰ ਸਕਦੇ ਇਹ ਤਾਂ ਹੁਣ ਖਾਲਿਸਤਾਨ ਵਾਲੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਵੀ ਆ ਗਿਆ ਉਹ ਜੇ ਵਫਦ ਕੋਈ ਆਪਦਾ ਮੰਗ ਪੱਤਰ ਦੇਣਾ ਚਾਹੁੰਦੇ ਸੀ ਦੇ ਸ਼ੁੱਡ ਹੈਵ ਬਿਨ ਅਲਾਊਡ ਫਿਰ ਮੈਂ ਬੇਨਤੀ ਉਹੀ ਕਰਦਾ ਇਹ ਉਦੋਂ ਹੀ ਹੁੰਦਾ ਜਦੋਂ ਕਾਂਗਰਸ ਸਰਕਾਰ ਆਉਂਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੇਲੇ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਭਲਾ ਉਹ ਕੁਛ ਵੀ ਕਹਿਣ ਕਿਉਂਕਿ ਉਹ ਸਾਡੇ ਭਰਾ ਹੈ ਸਾਡੇ ਡਿਫਰੈਂਸ ਵੱਖਰੇ ਹੋ ਸਕਦੇ ਆ ਉਹਨਾਂ ਦਾ ਸਟੈਂਡ ਅੱਜ ਤੋਂ ਨਹੀਂ ਬਹੁਤ ਲੰਮੇ ਸਮੇਂ ਤੋਂ ਹੈ ਔਰ ਜਿਸ 'ਤੇ ਉਹ ਖੜ੍ਹਦੇ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ ਉਹਨਾਂ ਨੂੰ ਨਹੀਂ ਕਿਹਾ ਭਾਈ ਸਾਹਿਬ ਸਰਬੱਤ ਖਾਲਸਾ ਜਿਹੜਾ ਤਲਵੰਡੀ ਸਾਹਿਬ ਹੋ ਰਿਹਾ ਸੀ ਉੱਥੇ ਉੱਥੇ ਕਿਉਂ ਨਹੀਂ ਰੋਕਿਆ ਗਿਆ ਆਈ ਵਾਸ ਹੋਪਿੰਗ ਯੂ ਵੁੱਡ ਸੇ ਦੈਟ ਥੈਂਕ ਯੂ ਜਿਹੜੀ ਲਾ ਐਂਡ ਆਰਡਰ ਦੀ ਗੱਲ ਬਣਦੀ ਹੈ ਜਿੱਥੇ ਉਹ ਉਹਨਾਂ ਵੇਖਣਾ ਵੀ ਉਹਦੇ ਵਿੱਚ ਹੋਰ ਤੰਤਰ ਕਿਹੜੇ ਵਿੱਚ ਜਦੋਂ ਸਰਕਾਰ ਰਨ ਕਰ ਰਹੇ ਹੈ ਉਹ 10,000 ਬੰਦਾ ਇਕੱਠਾ ਹੋ ਰਿਹਾ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਉਹਨੇ ਫੈਸਲੇ ਲੈਣੇ ਉਹਦੇ ਨਾਲ ਕੇਂਦਰੀ ਰਾਜ ਜਿਹੜੀ ਲਾ ਐਂਡ ਆਰਡਰ ਸਿਚੁਏਸ਼ਨ ਲੀਡਰ ਦੀ ਜਿਹੜੀ ਮਿੰਨੀ ਮੁਸਕਾਨ ਬਹੁਤ ਕੁਛ ਕਹਿ ਜਾਂਦੀ ਹੈ ਹਾਂਜੀ ਹਾਂਜੀ ਦੇਖੋ ਜਿਹੜੀ ਜਿਹੜੀ ਵੀ ਪਾਰਟੀ ਧਿਰ ਹੁੰਦੀ ਹੈ ਨਾ ਪਾਵਰ 'ਚ ਉਹ ਹਮੇਸ਼ਾ ਲਾ ਐਂਡ ਆਰਡਰ ਨੂੰ ਹੀ ਯੂਜ਼ ਕਰਦੀ ਹੈ ਦੈਟਸ ਦਾ ਵਰਡ ਕੈਪਟਨ ਸਾਹਿਬ ਵਿਲ ਯੂਜ਼ ਦੈਟਸ ਦਾ ਵਰਡ ਬਾਦਲ ਸਾਹਿਬ ਵਿਲ ਯੂਜ਼ ਰਾਈਟ ਨਹੀਂ ਬਾਈ ਪਰ ਇਹਦੇ 'ਚ ਇਹ ਜਿਹੜੀ ਚੀਜ਼ ਵੇਖਣ ਨੂੰ ਜਿਹੜੀ ਇਹਦੇ 'ਚ ਸਾਰੀ ਨੈਗੇਟਿਵਿਟੀ ਦੇ ਵਿੱਚ ਇੱਕ ਜਿਹੜੀ ਪੋਜ਼ਿਟਿਵ ਚੀਜ਼ ਵੇਖਣ ਵਾਲੀ ਇਹ ਹੈ ਜਿੱਦਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆਪਾਂ ਸਾਰੇ ਪਹਿਲੇ ਸ਼ੋਅ ਤੋਂ ਪਹਿਲਾਂ ਵੀ ਆਪਾਂ ਬੈਠੇ ਗੱਲ ਕਰ ਰਹੇ ਸੀ ਬਰਾੜ ਭਾਅ ਜੀ ਕਹਿ ਰਹੇ ਸੀ ਵੀ ਇਹਨਾਂ ਨੇ ਜਦੋਂ ਦੇ ਇੱਥੇ ਆਏ ਇਹਨਾਂ ਦੀ ਕੋਸ਼ਿਸ਼ ਹੈ ਅਤੇ ਜਿਸ ਤਰ੍ਹਾਂ ਮੈਂ ਵੀ ਕੋਸ਼ਿਸ਼ ਕਰਦਾ ਪਿਆ ਅੱਜ ਕੱਲ੍ਹ ਕਿ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ ਉੱਥੇ ਅਸੀਂ ਪੋਜ਼ਿਟਿਵ ਇੰਪੈਕਟ ਆਪਣਾ ਛੱਡੀਏ ਆਪਣੀ ਜਿਹੜੀ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਜੋ ਦਿੱਤਾ ਹੈ ਚੜ੍ਹਦੀ ਕਲਾ ਸਰਬੱਤ ਦਾ ਭਲਾ ਦਾ ਕੋਨਸੈਪਟ ਉਹਨੂੰ ਯੂਜ਼ ਕਰੀਏ ਜੇ ਕੈਨੇਡਾ ਦੇ ਵਿੱਚ ਬੈਠੇ ਹੋਏ ਲੋਕ ਇਸ ਚੀਜ਼ ਨੂੰ ਸਮਝ ਸਕਦੇ ਆ ਅਮੈਰੀਕਾ ਦੇ ਵਿੱਚ ਵੀ ਸਾਡੀ ਓਨੀ ਪਾਪੂਲੇਸ਼ਨ ਆ ਵੀ ਹਾਫ ਮਿਲੀਅਨ ਤੇ ਆ ਵੀ ਟਰਾਇੰਗ ਕਿ ਸਾਡਾ ਸੈਂਸਸ ਦੇ ਵਿੱਚ ਉਹ ਨਾ ਆ ਜਾਵੇ ਥਰੂ ਮੈਨੀ ਔਰਗਨਾਈਜੇਸ਼ਨ ਤਾਂ ਕਿ ਅਸੀਂ ਵੀ ਪਰ ਜੇ ਇਹੋ ਹੀ ਪਾਵਰ ਜਿਹੜੀ ਆ ਹੁਣ ਜੇ ਅਸੀਂ ਆਪਾਂ ਇੱਥੇ ਲੈ ਕੇ ਆਈਏ ਪੋਜ਼ਿਟਿਵ ਸਾਈਡ 'ਤੇ ਅਤੇ USA ਦੇ ਵਿੱਚ ਬੈਠੇ ਹੋਏ ਜੇ ਆਪਾਂ ਜਿਹੜੇ ਸਿੱਖ ਆ ਜੇ ਅਸੀਂ ਹੀ ਸਿਰ ਜੋੜ ਲਈਏ ਅਸੀਂ ਇੰਡੀਆ ਵਾਲਿਆਂ ਨੂੰ ਜੋ ਕਹਿ ਰਹੇ ਹਾਂ ਜਾਂ ਦੂਸਰਿਆਂ ਨੂੰ ਜੋ ਕਹਿ ਰਹੇ ਹਾਂ ਤਾਂ ਅਸੀਂ ਖੁਦ ਇੱਥੇ ਇੱਕ ਏਡੀ ਵੱਡੀ ਪਾਵਰ ਧਿਰ ਬਣ ਸਕਦੇ ਹਾਂ ਪਾਵਰ ਬਣ ਸਕਦੇ ਹਾਂ ਜਿੱਡੀ ਕੈਨੇਡਾ ਦੇ ਵਿੱਚ ਪਾਵਰ ਹੈ ਬਟ ਔਨ ਦਾ ਸੇਮ ਸਬਜੈਕਟ ਜਸਟਿਨ ਟਰੂਡੋ ਦੀ ਜਿਹੜੀ ਦੋ ਦਿਨ ਪਹਿਲਾਂ ਦੀ ਸਟੇਟਮੈਂਟ ਹੈ ਉਹਨਾਂ ਨੇ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਾਫੀ ਹੱਦ ਤੱਕ ਇੰਡੀਆ ਗਵਰਨਮੈਂਟ ਨੂੰ ਇਹਦੇ ਵਾਸਤੇ ਜਿਹੜਾ ਵਾ ਦੋਸ਼ੀ ਠਹਿਰਾਇਆ ਹੈ ਜਿਹੜਾ ਉੱਥੇ ਉਹਨਾਂ ਦੇ ਜਿਹੜਾ ਹੈਗਾ ਦੌਰਾ ਉਹਦਾ ਪ੍ਰੋਪਰ ਅਤੇ ਫਰੂਟਫੁੱਲ ਰਿਜ਼ਲਟ ਨਹੀਂ ਆ ਸਕੇ ਡਿਸਕਸ਼ਨ ਬਹੁਤ ਹੀ ਮੈਂ ਕਹਾਂਗਾ ਬਹੁਤ ਵਧੀਆ ਚੱਲ ਰਹੀ ਹੈ
ਔਰ ਬੜੇ ਪਿਆਰ ਸਤਿਕਾਰ ਨਾਲ ਚੱਲ ਰਹੀ, ਜਿਹੜੀ ਖੁਸ਼ੀ ਦੀ ਗੱਲ ਹੈ। ਇੱਕ ਬਹੁਤ ਵੱਡਾ ਕੁਐਸਚਨ ਸਾਡੇ ਅੱਗੇ ਆ ਖੜਿਆ, ਬਹੁਤ ਡਿਲੇਮਾ ਵੱਡਾ ਸਿੱਖ ਕਮਿਊਨਿਟੀ ਲਈ ਕੈਨੇਡਾ ਦੇ ਵਿੱਚ, ਉਹਦੀ ਆਪਾਂ ਛੋਟੀ ਜਿਹੀ ਜਿਹੜੀ ਨਿਗਾਹ ਮਾਰਨੀ ਉੱਤੇ, ਪਰ ਮਾਰਾਂਗੇ ਬ੍ਰੇਕ ਤੋਂ ਬਾਅਦ ਸੀ। ਸੋ ਪਲੀਜ਼ ਡੋਂਟ ਗੋ ਅਵੇ, ਸਟੇ ਵਿਦ ਅਸ, ਵਿਲ ਬੀ ਰਾਈਟ ਬੈਕ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਆਮ ਬ੍ਰੋਕਰ ਆਫ ਸਕਾਈ ਰੀਅਲਟੀ। The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Thank you for staying with us and welcome back again. ਜਿਹੜਾ ਸਵਾਲ ਹੈ ਜੀ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਮੈਂ ਕਹਿੰਦਾ ਮੁੱਢ ਹੈ ਇਸ ਸਾਰੀ ਫੇਰੀ ਦਾ, ਇਸ ਸਾਰੀ ਜੋ ਵਾਕਿਆ ਵਰਤਿਆ, ਜੋ ਸਿੱਖਾਂ ਦੀ ਪਹਿਚਾਣ ਅੱਗੇ ਵੱਧ ਰਹੀ ਹੈ, ਕੈਨੇਡਾ ਦਾ ਬਹੁਤ, ਉੱਥੇ ਦੇ ਸਿੱਖਾਂ ਦਾ ਬਹੁਤ ਵੱਡਾ ਦੇਣ ਇਸ ਚੀਜ਼ ਦੇ ਵਿੱਚ ਹੈ। ਜਿਹੜਾ ਸਭ ਤੋਂ ਵੱਡਾ ਸਵਾਲ ਪੈਦਾ ਹੋਇਆ ਉਹ ਹੋਇਆ ਜਗਮੀਤ ਸਿੰਘ ਕਰਕੇ, ਕਿ ਹੀ ਇਜ਼ ਬਿਕਮ ਦ ਹੈੱਡ ਆਫ ਦ ਨਿਊ ਡੈਮੋਕ੍ਰੈਟਿਕ ਪਾਰਟੀ ਔਰ ਉਹਨਾਂ ਨੇ ਇਲੈਕਸ਼ਨ ਲੜਨੀ ਹੈ। ਸੋ ਡਿਲੇਮਾ ਸਾਡੀ ਕਮਿਊਨਿਟੀ ਲਈ ਇਹ ਹੈ ਕਿ ਅਗਰ ਉਹ ਇਲੈਕਸ਼ਨ ਲੜਦੇ ਨੇ ਤਾਂ ਸਾਡੀ ਸਿੱਖ ਜਿਹੜੀ ਹੈ ਵੋਟ ਹੈ ਉਹ ਕਿੱਧਰ ਡਿੱਗਦੀ ਹੈ? ਕੀ ਜਿਹੜੇ ਅੱਜ ਫੈਨ ਨੇ ਟਰੂਡੋ ਸਾਹਿਬ ਦੇ, ਉਹ ਸਿੱਖ ਧਰਮ ਨੂੰ ਜਾਂ ਇੱਕ ਸਿੱਖ ਨੂੰ ਨਾਲ ਰੱਖਦਾ ਹੋਇਆ ਆਪਣੀ ਵਿਚਾਰਧਾਰਾ ਨੂੰ ਪਾਸੇ ਸਿੱਟ ਕੇ ਉਹਨਾਂ ਨਾਲ ਤੁਰਨ, ਜਾਂ ਫਿਰ ਆਪਣੀ ਪਾਰਟੀ ਵਿਚਾਰਧਾਰਾ ਨਾਲ ਤੁਰਨ? ਥੋਤੋਂ ਸ਼ੁਰੂ ਕਰਦਾ ਜੀ ਮੈਂ। ਪਰ ਸਾਹਿਬ ਇਹ ਸਵਾਲ ਤੁਹਾਡਾ ਬਹੁਤ ਅਹਿਮ ਹੈ, ਇਹ ਬਹੁਤ ਡੂੰਘੀ ਪੜਚੋਲ ਦੀ ਮੰਗ ਕਰਦਾ। ਉਹ ਕਿਵੇਂ? ਜਦੋਂ ਪੰਜਾਬ ਇਲੈਕਸ਼ਨ ਹੁੰਦੀ ਕੈਨੇਡਾ ਦੇ ਵਿੱਚ, ਉੱਥੇ ਕੋਈ ਵੀ ਨਾ ਉਹ ਸਿੱਖ ਦੇ ਤੌਰ 'ਤੇ ਲੜਦਾ, ਸਿੱਖ ਮੁੱਦਿਆਂ 'ਤੇ ਲੜਦਾ ਬਿਲਕੁਲ ਨਹੀਂ ਲੜਦਾ, ਉਹ ਐਜ ਏ ਕੈਨੇਡੀਅਨ ਲੜਦਾ, ਕੈਨੇਡੀਅਨ ਮੁੱਦਿਆਂ 'ਤੇ ਲੜਦਾ। ਇਹ ਵੱਖਰੀ ਗੱਲ ਹੈ ਕਿ ਸਾਡੀ ਉੱਥੇ ਜਿਹੜੀ ਕੈਨੇਡੀਅਨ ਸਾਡੀ ਲੀਡਰਸ਼ਿਪ ਹੈ ਉਹ ਬਹੁਤ ਸੁਚੱਜੀ ਹੈ, ਉਹ ਦੋਵਾਂ ਮੁੱਦਿਆਂ ਦਾ ਬੈਲੈਂਸ ਬਣਾ ਕੇ ਚੱਲਦੀ ਹੈ। ਪਰ ਇਹ ਬੈਲੈਂਸ ਹੁਣ ਹਿੱਲ ਗਿਆ ਸਰਦਾਰ ਜਗਮੀਤ ਸਿੰਘ ਆਉਣ ਦੇ ਕਾਰਨ। ਸਰਦਾਰ ਜਗਮੀਤ ਸਿੰਘ ਐਜ ਏ ਸਿੱਖ ਸਾਡੇ ਵੱਲ ਮਾਣ ਵਾਲੀ ਗੱਲ ਹੈ, ਬਤੌਰ ਸਾਬਤ ਸੂਤ ਸਿੱਖ ਮੇਰਾ ਖਿਆਲ ਅੰਮ੍ਰਿਤਧਾਰੀ ਵੀ ਹੈਗੇ ਉਹ ਜੀ, ਪਰ ਜਿਹੜਾ ਉਹਨਾਂ ਦਾ ਬਾਣ ਹੈ ਜਿਸ ਤਰ੍ਹਾਂ ਜੋ ਵੀ ਹੈ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ, ਇੱਥੋਂ ਦੇ ਬੋਰਨ ਹੈ ਸਾਰਾ ਕੁਛ, ਉਹਨਾਂ ਨੇ ਬੜੇ ਵਧੀਆ ਉੱਤੋਂ ਨਹੀਂ ਉਦੋਂ ਦੀ ਮਤਲਬ ਕੈਨੇਡੀਅਨ ਨੇ ਉਹਨੂੰ ਚੁਣਿਆ, ਵੱਡੀ ਗੱਲ ਤਾਂ ਬਹੁਤ ਵੱਡੇ ਫਰਕ ਨਾਲ ਚੁਣਿਆ ਇੱਕ ਨੈਸ਼ਨਲ ਪਾਰਟੀ ਦਾ ਹੈੱਡ ਬਣਨਾ। ਪਰ ਜਿਹੜਾ ਉਹਨਾਂ ਨੇ ਹੁਣ ਦੇਖੋ ਇੱਥੇ ਦੋ ਸਾਨੂੰ ਸਮਝਣਾ ਪਊਗਾ, ਜਿਹੜਾ ਉਹਨੇ ਆਖਿਆ ਵੀ ਸਿੱਖਾਂ ਨੂੰ ਇੱਕ ਵੱਖਰਾ ਖਿੱਤਾ ਮੰਗਣ ਦਾ ਅਧਿਕਾਰ ਹੈ, ਜਿੱਥੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ। ਮੈਂ ਪ੍ਰੋਬਲਮ ਨਹੀਂ ਆਖੂੰਗਾ, ਮੇਰਾ ਖਿਆਲ ਮੈਂ ਸ਼ਾਇਦ ਨੂੰ ਵਾਪਸ ਲੈ ਲਾਂ, ਜਿੱਥੋਂ ਜਿਹੜੀ ਚਿੰਤਨ ਦਾ ਵਿਸ਼ਾ ਸ਼ੁਰੂ ਹੁੰਦਾ, ਚਿੰਤਾ ਦਾ ਨਹੀਂ ਚਿੰਤਨ ਦਾ ਅਨੈਲਿਸਿਸ, ਜਿਹਨੂੰ ਡਿਬੇਟ ਡਿਬੇਟ ਦਾ, ਉਹ ਇਹ ਵੀ ਕੀ ਕਿਸੇ ਦੂਸਰੇ ਦੇਸ਼ ਦੇ ਨੇਤਾ ਨੂੰ ਵਿਦਾਊਟ ਕੰਸੀਡਰਿੰਗ ਸਿੱਖ ਔਰ ਨਾਟ ਇਹ ਅਧਿਕਾਰ ਹੈ ਕਿ ਇਸ ਬੇਸ 'ਤੇ ਉਹ ਆਪਦੀ ਲੀਡਰਸ਼ਿਪ ਨੂੰ ਲੈ ਕੇ ਵਿਚਰੇ ਕਿ ਅਸੀਂ ਉਸ ਦੇਸ਼ ਨੂੰ ਟੁੱਟਣਾ। ਇਹ ਇੱਕ ਅਹਿਮ ਸਵਾਲ ਹੈ ਕੈਨੇਡੀਅਨ ਦੇ ਸਾਹਮਣੇ, ਸਾਡੇ ਸਿੱਖਾਂ ਦੇ ਸਾਹਮਣੇ, ਉੱਥੋਂ ਦੇ ਵੋਟਰਾਂ ਦੇ ਸਾਹਮਣੇ, ਉਹਨੂੰ ਕਿਵੇਂ ਡੀਲ ਕਰਦੇ ਆ? ਜਿੱਥੋਂ ਤੱਕ ਹੁਣ ਤੱਕ ਹੈ ਸਰਦਾਰ ਜਗਮੀਤ ਸਿੰਘ ਨੂੰ ਜਿਹੜੀ ਉਹਨੂੰ ਉਹਦੀ ਚੋਣ ਦੇ ਵਿੱਚ ਲੀਡ ਆ ਬਹੁਤ ਜ਼ਿਆਦਾ ਵੱਡੀ ਆ, ਕੋਈ ਦੋ ਰਾਵਾਂ ਨਹੀਂ। ਪਰ ਜਿਸ ਤਰ੍ਹਾਂ ਹੁਣ ਜਸਟਿਨ ਟਰੂਡੋ ਦੀ ਫੇਰੀ ਵੀ ਜੇ ਵੇਖੀਏ, ਜੇ ਉਹ ਚਾਰ ਮਿਨਿਸਟਰ ਲੈ ਕੇ ਜਾਂਦੇ ਆ, ਜੇ ਵਿੱਚ ਗੌਰ ਨਾ ਵੇਖੀਏ ਡਗਾਈ ਨਾ, ਤਾਂ ਉਹਨਾਂ ਦਾ ਵੀ ਸਿੱਖ ਮੁੱਦਿਆਂ ਦੇ ਉੱਪਰ ਖੇਡਣ ਦਾ ਹੀ ਆ, ਵੀ ਸਿੱਖ ਕਮਿਊਨਿਟੀ ਦੇ ਵੱਧ ਤੋਂ ਨੇੜੇ ਰਹੀਏ। ਹੁਣ ਇੱਥੇ ਤਾਂ ਜਿਹੜਾ ਹੁਣ ਕੈਨੇਡੀਅਨ ਇਲੈਕਸ਼ਨ ਹੋਊਗੀ ਬਹੁਤ ਇੰਟਰਸਟਿੰਗ ਹੋਊਗੀ, ਉਹਦੇ ਵਿੱਚ ਇੱਕ ਤਾਂ ਕਲੀਅਰ ਗੱਲ ਹੋਊਗੀ ਵੀ ਸਿੱਖ ਦੀ ਜਿਹੜੀ ਜੇ ਆਪਾਂ ਵੱਖਰੇਪਣ ਦੀ ਮੰਗ ਹੈ, ਉਹ ਕੈਨੇਡੀਅਨ ਸਿੱਖ ਕਿੰਨੀ ਸੀਰੀਅਸਲੀ ਲੈਂਦੇ ਆ, ਕਿ ਉਹ ਸਿਰਫ ਮਤਲਬ ਜਿਸ ਵਿਸਾਖੀ ਦਾ ਹੋਰ ਜਲੂਸ ਦੇ ਜਾਂ ਕੱਢਣ ਪ੍ਰੋਟੈਸਟ ਪ੍ਰੋਸੈਸ਼ਨ ਦੇ ਮੌਕੇ ਨਾਅਰੇ ਲਾਉਣ ਤੱਕ ਸੀਮਤ ਹੈ, ਜਾਂ ਉਹ ਲੀਡ ਲੈ ਕੇ ਸਰਦਾਰ ਜਗਮੀਤ ਸਿੰਘ ਜੀ ਉਹਨਾਂ ਦੀ ਪਾਰਟੀ ਆਪਾਂ ਕਹਿੰਦੇ ਸਪੋਜ਼ ਕੱਲ੍ਹ ਨੂੰ ਰਾਜ 'ਚ ਆਉਂਦੀ ਹੈ, ਇੱਕ ਬਹੁਤ ਵੱਡਾ ਸਵਾਲ ਹੈ। ਪਰ ਰਾਈਟ ਨਾਓ ਇਹ ਚਿੰਤਨ ਦਾ ਵਿਸ਼ਾ ਹੈ, ਡਿਬੇਟ ਦਾ ਵਿਸ਼ਾ ਹੈ, ਜਾਂ ਇਹ ਸਮਝਣ ਦਾ ਵਿਸ਼ਾ ਵੀ ਕੈਨੇਡੀ ਸਿੱਖ ਬਿਹੇਵ ਕਿਵੇਂ ਕਰਦੇ ਆ। ਪਰ ਇੱਥੇ ਮੈਂ ਫਿਰ ਰਿਪੀਟ ਕਰਦਾ ਵੀ ਜਿਹੜੀ ਹੁਣ ਸਿੱਖ ਹੈ ਜਿਹੜੇ ਉੱਥੇ ਕੈਬਨਿਟ ਦੇ ਵਿੱਚ ਹੈ ਸਾਰੇ, ਉਹਨਾਂ 'ਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਨੋਰਮਲ ਸਿੱਖ ਹੈ, ਜਿਵੇਂ ਅਮੈਰੀਕਨ ਸਿੱਖ ਹੈ, ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਖਾਲਿਸਤਾਨ ਦੇ ਮੁੱਦੇ 'ਤੇ ਉੱਧਰ ਖੜ੍ਹੇ ਆ। ਪਰ ਕੈਨੇਡਾ ਦੇ ਵਿੱਚ ਸਿੱਖ ਇੰਨੇ ਪਾਵਰਫੁੱਲ ਹੈ ਜਾਂ ਉਹ ਇੰਨੇ ਸਕਸੈਸਫੁੱਲ ਹੋ ਗਏ ਆ ਕਿ ਜਦੋਂ ਵਿਸਾਖੀ ਦਾ ਕੋਈ ਸਮਾਗਮ ਕਰਦੇ ਜਾਂ ਹੋਰ ਕਰਦੇ ਆ, ਉੱਥੇ ਉਹਨਾਂ ਸਾਰਿਆਂ ਲੀਡਰ ਨੂੰ ਆਉਣਾ ਪੈਂਦਾ ਹੈ, ਉਹਦੀ ਰਾਸੀ ਮਜ਼ਬੂਰੀ ਵੀ ਹੈ,
ਉਹਨਾਂ ਦੇ ਉਹਨਾਂ ਦੀ ਜੋ ਐਥੀਕਲੀ ਉਹ ਡਿਮਾਂਡ ਬਣ ਜਾਂਦੀ ਕਿ ਐਡੀ ਵੱਡੀ ਕਮਿਊਨਿਟੀ ਨੂੰ ਇਗਨੋਰ ਨਹੀਂ ਕਰ ਸਕਦੇ। ਔਰ ਜਿੱਥੇ ਫ੍ਰੀ ਸਪੀਚ ਦੀ ਗੱਲ ਹੈ ਉੱਥੇ ਸਿੱਖ ਖਾਲਸਾ ਦਾ ਵੀ ਲੈ ਕੇ ਚੱਲਦੇ ਸੰਕਲਪ। ਹੁਣ ਇਹ ਸਿੱਖ ਜਿਹੜਾ ਵੱਡਾ ਸਵਾਲ ਹੈ ਆਪਾਂ ਤਾਂ ਵਾਚ ਕਰ ਸਕਦੇ ਇੱਥੇ ਬੈਠੇ, ਪਰ ਕੈਨੇਡਾ ਦੇ ਸਿੱਖਾਂ ਦੇ ਇਹ ਮਨੋਵਿਰਤੀ ਨੇ ਬਹੁਤ ਵੱਡਾ ਇੱਕ ਕਹੋ ਕਿ ਜਾਂ ਤਾਂ ਭਰਮ ਭੁਲੇਖਾ ਤੋੜ ਦੇਣਗੇ ਅਤੇ ਜਾਂ ਫਿਰ ਉਹ ਇੱਕ ਮਤਲਬ ਇੰਡੀਆ ਵਾਸਤੇ ਜਾਂ ਜਿਹੜੇ ਇਹ ਜ਼ੋਰ ਲਾਉਂਦੇ ਵੀ ਇਹ ਹੋ ਹੀ ਨਹੀਂ ਸਕਦਾ ਕਦੇ, ਜਾਂ ਜਿਹੜੇ ਇਹ ਲੋਕ ਕਹਿੰਦੇ ਵੀ ਭਾਈ ਖਾਲਿਸਤਾਨ ਸਿਰਫ ਅਤੇ ਸਿਰਫ ਪੰਜਾਬ ਸੀ, ਆਈਡੀਆ ਸੀ ਕਿਸੇ ਸਮੇਂ ਸਿੱਖਾਂ ਦੇ ਰੋਹ ਦੀ ਮੰਗ ਸੀਗੀ, ਕਦੇ ਵੀ ਇਹਦੇ ਬਾਰੇ ਸਿੱਖ ਸੀਰੀਅਸ ਨਹੀਂ, ਜਾਂ ਫਿਰ ਖਤਮ ਹੋ ਜੂਗੀ। ਜਾਖੜ ਸਾਹਿਬ ਕੈਨੇਡੀਅਨ ਸਿੱਖ ਇੱਥੇ ਖੜਾ ਇਸ ਮਾਮਲੇ ਦੇ ਵਿੱਚ, ਜੇ ਜਗਮੋਹਨ ਇਲੈਕਸ਼ਨ ਲੜਦੇ ਨੇ ਪ੍ਰਾਈਮ ਮਿਨਿਸਟਰ ਦੀ ਅਗੇਂਸਟ ਟਰੂਡੋ। ਵੇਖੋ ਜੀ, ਇਹ ਤਾਂ ਵੈਸੇ ਤਾਂ ਕੈਨੇਡੀਅਨ ਸਿੱਖਾਂ ਦੀ ਉਹਨਾਂ ਦੇ ਤੇ ਪੁੱਛਿਆ ਜਾ ਸਕਦਾ, ਮੈਂ ਤਾਂ ਇਹਦੇ ਬਾਰੇ ਬਹੁਤਾ ਤਾਂ ਕੁਛ ਕਹਿ ਨਹੀਂ ਸਕਦਾ ਗਾ, ਪਰ ਇਹ ਹੈ ਵੀ ਬਹੁਤ ਚੰਗੀ ਗੱਲ ਹੈ ਚਾਹੇ ਇਸ ਕਿੰਨਾ ਟਰੂਡੋ ਸਰਕਾਰ ਆਵੇ ਅਤੇ ਚਾਹੇ ਉਹ ਆਵੇ, ਆਪਾਂ ਨੂੰ ਤਾਂ ਇਸ ਚੀਜ਼ ਦੀ ਖੁਸ਼ੀ ਹੈ ਵੀ ਇਹਦੇ ਵਿੱਚ ਚਾਰ ਸਿੱਖ ਜਿਹੜੇ ਮਿਨਿਸਟਰ ਹੈ ਉੱਧਰ, ਜੇ ਉਹ ਆਉਣਗੇ ਜਗਮੀਤ ਸਿੰਘ ਜੀ ਤਾਂ ਉਹ ਸਿੱਖ ਪ੍ਰਾਈਮ ਮਿਨਿਸਟਰ ਹੋਣਗੇ ਜਾਂ ਉਹ ਹੈੱਡ ਆਫ ਦੀ ਪਾਰਟੀ ਹੈ। ਸਭ ਤੋਂ ਇਹ ਪਰਸਨਲ ਮੇਰੀ ਇੱਕ ਰਾਏ ਜ਼ਰੂਰ ਹੈ ਵੀ ਉਹਨਾਂ ਦੇ ਆਉਣ ਨਾਲ ਆਪਾਂ ਜਿਹੜਾ ਇੱਥੇ ਇੱਕ ਬਹੁਤ ਵੱਡੀਆਂ ਅਮੈਰੀਕਾ 'ਚ ਕੰਪੇਨ ਚਲਾ ਰਹੇ ਹਾਂ ਸਿੱਖਾਂ ਦੀ ਆਈਡੈਂਟੀ ਨੂੰ ਆਈਡੈਂਟੀਫਾਈ ਕਰਨ ਵਾਸਤੇ, ਉਹ ਆਟੋਮੈਟਿਕਲੀ ਜਿਹੜੀ ਆਈਡੈਂਟੀ ਹੈ ਜਿਹੜੀ ਉਹ ਆਲ ਓਵਰ ਦਾ ਵਰਲਡ ਜਿਹੜੀ ਹੈ ਉਹ ਪਹੁੰਚੂਗੀ, ਉਹਨੂੰ ਹੁੰਗਾਰਾ ਮਿਲਿਆ ਬਹੁਤ ਵੱਡਾ। ਹਾਂਜੀ ਮੈਂ ਤਾਂ, ਹਾਂਜੀ ਇਹਦੇ ਵਿੱਚ ਮੈਂ ਭਾਈ ਸਤਪਾਲ ਸਿੰਘ ਜੀ ਬਰਾੜ ਨਾਲ ਦੀ ਗੱਲ ਨਾਲ ਬਿਲਕੁਲ ਡਿਸਐਗਰੀ ਕਰਾਂਗਾ। ਰੀਜ਼ਨ ਬੀਂਗ ਕਿ ਸਾਡੀ ਉੱਥੇ ਜਿਹੜੀ ਵਸੋਂ ਹੈਗੀ ਹੈ 1.4% ਹੈ ਵੋਟਿੰਗ ਪਾਵਰ ਹੈ ਜੀ ਜੀ। ਸੋ ਜਿਹੜਾ ਵੀ ਕੋਈ ਜੇ ਚਾਰ ਸਿੱਖ ਮਿਨਿਸਟਰ ਜਾਂ 18 ਪੰਜਾਬੀ MP ਜਿੱਤੇ ਆ ਉਹ ਸਿਰਫ ਸਿੱਖਾਂ ਦੀਆਂ ਵੋਟਾਂ ਨਾਲ ਨਹੀਂ ਜਿੱਤੇ। ਜੇ ਜਗਮੀਤ ਸਿੰਘ ਜਿਹੜੇ NDP ਦੇ ਚੇਅਰਮੈਨ ਜਾਂ ਪ੍ਰੈਜੀਡੈਂਟ ਬਣੇ ਨੇ ਉਹ ਸਿਰਫ ਸਿੱਖਾਂ ਦੀਆਂ ਵੋਟਾਂ ਨਾਲ ਨਹੀਂ ਬਣੇ। ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੈਨੇਡਾ ਬੀਇੰਗ ਨੰਬਰ 1 ਕੰਟਰੀ ਰੈਂਕ ਫਾਰ ਹਿਊਮਨ ਰਾਈਟਸ ਰਾਈਟ ਜੀ। ਸੋ ਜੇ ਆਪਾਂ ਜਗਮੀਤ ਸਿੰਘ ਦੀ ਥੋੜ੍ਹੀ ਲਾਈਫ ਹਿਸਟਰੀ ਵੱਲ ਚੱਲੀਏ ਜਾਂ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਚੱਲੀਏ ਤਾਂ ਸਰਦਾਰ ਸੇਵਾ ਸਿੰਘ ਠੀਕਰੀਵਾਲ ਦੇ ਉਹ ਗ੍ਰੈਂਡਸਨ ਨੇ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਗ੍ਰੈਂਡ ਪੇਰੈਂਟਸ ਨੇ ਮਾਰਿਆ ਰਾਈਟ, ਸ਼ਹੀਦ ਕੀਤਾ ਉਹਨਾਂ ਨੂੰ ਰਾਈਟ। ਸੋ ਸਿੱਖ ਦੀ ਜਿਹੜੀ ਮੇਨ ਪਰਿਭਾਸ਼ਾ ਜਿਹੜੀ ਵੇਖਣ ਨੂੰ ਆਉਂਦੀ ਜਦੋਂ ਪੋਲੀਟੀਕਲ ਅਰੀਨੇ 'ਚ ਆਪਾਂ ਆਉਂਦੇ ਹਾਂ ਤਾਂ ਸਿੱਖ ਐਜ਼ ਏ ਐਕਟਿਵਿਸਟ ਕੰਮ ਕਰਦਾ, ਸਿੱਖ ਐਜ਼ ਏ ਲੀਡਰ ਕੰਮ ਕਰਦਾ, ਸਿੱਖ ਐਜ਼ ਆਪਾਂ ਵੋਟਰ ਬੈਂਕ ਕੰਮ ਨਹੀਂ ਕਰਦਾ। ਸੋ ਸਿੱਖ ਇਜ਼ ਨਾਟ ਏ ਵੋਟ ਬੈਂਕ। ਔਰ ਭਾਅ ਜੀ ਦੀ ਗੱਲ ਇਸ ਨਾਲ ਮੈਂ ਸਹਿਮਤ ਹਾਂ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਉਹਨਾਂ ਨੂੰ ਇਹ ਭੁਲੇਖਾ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਅਤੇ ਉਹ ਸ਼ਾਇਦ ਇੱਦਾਂ ਨਹੀਂ ਕਾਮਯਾਬ ਹੋ ਸਕਦੇ। ਸੋ ਜਗਮੀਤ ਸਿੰਘ NDP ਦੇ ਪ੍ਰੈਜੀਡੈਂਟ ਨੇ ਜਾਂ ਜਸਟਿਨ ਟਰੂਡੋ ਨੇ ਸਿੱਖਾਂ ਨੇ ਵੋਟ ਪਾਉਣੀ ਹੈ, ਉਹ 1.4% ਵੋਟ ਨੇ ਨਹੀਂ ਚੇਂਜ ਕਰਨਾ, ਉਹਨਾਂ ਦੀ ਐਕਟਿਵਿਜ਼ਮ ਨੇ ਚੇਂਜ ਕਰਨਾ। ਜਿਹੜੀ ਗੱਲ ਆਪਾਂ ਕਰਦੇ ਹਾਂ ਜਿਹੜੀਆਂ ਉੱਥੇ ਪਰੇਡਸ ਹੁੰਦੀਆਂ ਨੇ ਜਾਂ ਮੇਲੇ ਹੁੰਦੇ ਨੇ, ਵੇਖੋ 10-12 ਹਜ਼ਾਰ ਦਾ ਮੇਲਾ ਸਾਡੇ ਇੱਥੇ ਬੈਕਗਰਾਊਂਡ 'ਚ ਹੁੰਦਾ ਹੈ ਜਿਹਦੇ 'ਚ ਤੁਸੀਂ ਵੀ MC ਦਾ ਕੰਮ ਕਰਦੇ ਹੋ ਕਈ ਸਾਲਾਂ ਤੋਂ, ਬਹੁਤ ਵਧੀਆ, ਥੈਂਕ ਯੂ ਤੁਹਾਡਾ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਅਤੇ 10-12 ਹਜ਼ਾਰ ਦਾ ਮੇਲਾ ਜਦੋਂ ਮੈਂ ਕੈਨੇਡਾ ਗਿਆ ਸੀ, ਮੈਂ ਦੋਨਾਂ ਮੇਲਿਆਂ ਦੀ ਮੈਨੇਜਮੈਂਟ ਨੂੰ ਇੱਥੇ ਵੀ ਇਹ ਗੱਲ ਕਹੀ, ਜਦੋਂ ਮੈਂ ਕੈਨੇਡਾ ਸੀਗਾ ਪਰਿਵਾਰ ਦੇ ਨਾਲ ਇੱਕ ਪ੍ਰੋਗਰਾਮ ਵੈਕੇਸ਼ਨ ਦੇ ਉੱਤੇ, ਅਤੇ ਇੱਕ ਪ੍ਰੋਗਰਾਮ ਅਟੈਂਡ ਕੀਤਾ ਗਦਰੀ ਬਾਬਿਆਂ ਦਾ ਮੇਲਾ ਸਰੀ ਦੇ ਵਿੱਚ ਵੈਨਕੂਵਰ 'ਚ, ਅਤੇ ਮੈਂ ਦੇਖਿਆ ਲਿਟਰਲੀ ਜਿਹੜੇ ਉੱਥੇ ਦੇ ਮੈਂਬਰ ਪਾਰਲੀਮੈਂਟ MPs MLAs ਉਹ ਬੈਗ ਕਰ ਰਹੇ ਸੀ ਸਾਨੂੰ ਇੱਕ ਮਿੰਟ ਫਤਿਹ ਹੀ ਬੁਲਾ ਲੈਂਦੇ, ਉਹ ਅੰਗਰੇਜ਼ੀ ਜਿਹੜੀ ਫਤਿਹ ਬੁਲਾ ਰਹੇ ਸੀ ਉਹਨੂੰ ਵੇਖ ਕੇ ਸਾਡੇ ਬੱਚੇ ਹੱਸਦੇ ਸੀ, ਪਰ ਉਹਨਾਂ ਨੇ ਸਾਡੀ ਪਾਵਰ ਨੂੰ ਆਇਡੈਂਟੀਫਾਈ ਕੀਤਾ ਕਿ ਇਹ ਇਹਨਾਂ ਦੀ ਜਿਹੜੀ ਪਾਵਰ ਹੈ ਇਹ ਸਾਨੂੰ ਦੂਰ ਤੱਕ ਲੈ ਕੇ ਜਾ ਸਕਦੀ ਹੈ। ਸੋ ਸਿੱਖਣ ਵਾਲੀ ਗੱਲ ਹੁਣ ਆਪਾਂ ਆਪਣੇ 'ਤੇ ਲੈ ਕੇ ਆਈਏ ਵੀ ਅਸੀਂ ਕੀ ਸਿੱਖਿਆ। ਸਾਨੂੰ ਇਹ ਸਿੱਖਣ ਦੀ ਲੋੜ ਹੈ ਕਿ ਜਦੋਂ ਕੋਈ ਬੰਦਾ ਜਿਹੜਾ ਹਿਊਮਨ ਰਾਈਟਸ ਦਾ ਜਾਂ ਪੰਜਾਬੀਅਤ ਦਾ ਜਾਂ ਸਿੱਖਾਂ ਦਾ ਹਾਮੀ ਹੈ ਉਹਨੂੰ ਆਪਾਂ ਪੂਰੀ ਰਿਸਪੈਕਟ ਅਤੇ ਕੋਪਰੇਸ਼ਨ ਦਈਏ, ਜਿਹੜੀ ਸਾਡੀ ਖੁਦ ਦੀ ਐਕਟਿਵਿਜ਼ਮ ਦੀ ਪਾਵਰ ਹੈ ਉਹਨੂੰ ਪਹਿਚਾਣੀਏ ਅਤੇ ਉਹਨੂੰ ਪੋਜ਼ਿਟਿਵਲੀ ਯੂਜ਼ ਕਰੀਏ। ਜਗਮੀਤ ਸਿੰਘ ਬਣਦੇ ਨੇ ਤਾਂ ਬਹੁਤ ਖੁਸ਼ੀ ਦੀ ਗੱਲ ਆ, ਜਸਟਿਨ ਟਰੂਡੋ ਵਰਗਾ PM ਦੁਬਾਰਾ ਆਉਂਦਾ ਉਹ ਵੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ, ਕਿਉਂਕਿ ਹਰਜੀਤ ਸਿੰਘ ਸੱਜਣ ਐਜ਼ ਏ ਡਿਫੈਂਸ ਮਿਨਿਸਟਰ ਜਿੱਦਾਂ ਭਾਅ ਜੀ ਨੇ ਕਿਹਾ ਕਿ ਕਈ ਵਾਰੀ ਅਸੀਂ $1 million ਲਾਉਂਦੇ ਹਾਂ, ਜਾਖੜ ਭਾਅ ਜੀ ਨੇ ਕਿਹਾ, ਅਤੇ ਅਸੀਂ ਆਈਡੈਂਟੀ ਬਾਏ ਨਹੀਂ ਕਰ ਸਕਦੇ। ਜਿਹੜੀ ਪਬਲਿਸਿਟੀ ਅਤੇ ਐਡਵਰਟਾਈਜਮੈਂਟ ਟੂ ਡਿਫਰੈਂਟ ਥਿੰਗਸ। ਸੋ ਮੈਂ ਤਾਂ ਇਹੀ ਕਹਾਂਗਾ। ਮੈਂ ਇੱਕ ਵਾਰੀ ਲੰਬੇ ਸਫ਼ਰ 'ਤੇ ਰਾਤ ਅੰਧੇਰੇ ਡਰਾਈਵ ਕਰਦਾ ਰਿਹਾ ਸੀ ਉਹਾਇਓ ਤੋਂ, ਤਾਂ ਮੇਰੀ ਧਰਮਾਂ ਬਾਰੇ ਗੱਲ ਵਿਚਾਰ ਵਟਾਂਦਰਾ ਮਨ ਦੇ ਵਿੱਚ ਚੱਲਿਆ ਕਿ ਦੁਨੀਆ 'ਚ ਇੰਨੇ ਧਰਮ ਨੇ, ਇੱਕ ਧਰਮ ਦੂਜੇ ਧਰਮ ਡਿਫਰ ਕਰਦਾ, ਕਿਤੇ ਨਾ ਕਿਤੇ ਖਾਰ ਖਾਂਦਾ ਕਿਸੇ ਨਾ ਕਿਸੇ ਪੁਆਇੰਟ 'ਤੇ ਆ ਕੇ, ਤਾਂ ਇਹਦੀ ਐਂਡ ਕਿਹੜਾ ਸਰਵਾਈਵ ਕਰੇਗਾ? ਤਾਂ ਮੈਂ ਨਿਚੋੜ ਇਹ ਕੱਢਿਆ ਕਿ ਕਰੇਗਾ ਉਹ ਸਰਵਾਈਵ ਜਿਹੜਾ ਨੀਡਸ ਮੀਟ ਕਰਦਾ ਹਿਊਮੈਨਿਟੀ ਦੀ, ਠੀਕ ਹੈ ਜੀ। ਸੋ ਇਹੀ ਮੈਂ ਸੋਚਦਾ ਕਿ ਪੋਲੀਟੀਕਲ ਜਿਹੜੀ ਨੀਡ ਉੱਥੇ ਦੀ ਹੈ ਲੋਕਾਂ ਦੀ, ਜਿਹੜਾ ਲੀਡਰ ਕਰੇਗਾ ਹੀ ਗੈਟਸ ਟੂ ਬੀ ਸਮ। ਇਹੋ ਹੀ ਬੇਨਤੀ ਕੀਤੀ ਸੀ ਪਹਿਲਾਂ ਵੀ ਜਿਹੜੇ ਉੱਥੇ ਜਿਹੜੀ ਇਲੈਕਸ਼ਨ ਲੜੀ ਜਾਂਦੀ ਨਾ,
ਜਿਹੜੇ ਹੁਣ ਵੀ ਸਾਡੇ ਚਾਰੇ ਮਿਨਿਸਟਰ ਬਣੇ ਆ ਉਹ ਇਹ ਜੇ ਸਿੱਖ ਨਹੀਂ ਉਹ ਸਿੱਖ ਮੁੱਦਿਆਂ 'ਤੇ ਇਲੈਕਸ਼ਨ ਲੜੀ ਉਹਨਾਂ ਨੇ ਕੈਨੇਡੀਅਨ ਮੁੱਦਿਆਂ 'ਤੇ ਲੜੀ ਉਹ ਕੈਨੇਡੀਅਨ ਮੁੱਦਿਆਂ 'ਤੇ ਲੜੀ ਆ ਪਰ ਜਿੱਥੇ ਉੱਥੋਂ ਪਰ ਉਹ ਸਮੱਸਿਆ ਆਪਾਂ ਨੂੰ ਇਹ ਚੀਜ਼ ਨੂੰ ਫਿਰ ਉੱਧਰ ਮੁੜ ਕੇ ਆ ਜਾਂਦੀ ਆ ਬਰਾੜ ਸਾਹਿਬ ਇੱਕ ਤਾਂ ਗੱਲ ਮੰਨੀ ਪਊਗੀ ਹੋਊਗੀ ਬੜੀ ਇੰਟਰਸਟਿੰਗ ਔਰ ਮੇਰਾ ਵਾਅਦਾ ਜੇ ਪਰਮਾਤਮਾ ਨੇ ਆਪਾਂ ਨੂੰ ਤੰਦਰੁਸਤੀ ਬਖਸ਼ੀ ਤਾਂ ਉਹ ਦਿਨ ਦੇਖਣ ਨੂੰ ਮਿਲੇ ਤਾਂ ਪੈਨਲ ਫਿਰ ਇਕੱਠਾ ਹੋਏਗਾ ਅੱਜ ਸਾਡਾ ਇਹ ਉਪਰਾਲਾ ਜੀ ਪਹਿਲਾਂ ਕਈ ਪੱਖ ਅਸੀਂ ਰੱਖਣਾ ਚਾਹੁੰਦੇ ਸੀ ਮਾਈ ਟੀ ਵੀ ਵੱਲੋਂ ਸਭ ਤੋਂ ਪਹਿਲਾਂ ਕਿ ਰਾਜਨੀਤਿਕ ਸੋਚ ਸਾਡੀ ਆਪਣੀ ਥਾਂ 'ਤੇ ਹੈ ਭਾਈਚਾਰਕ ਸੋਚ ਸਾਡੀ ਬੜੀ ਡੂੰਘੀ ਆ ਦੁੱਖ ਸੁੱਖ ਦੇ ਅਸੀਂ ਸਾਂਝੀਵਾਲ ਹੈ ਇਸ ਏਰੀਏ ਦੇ ਵਿੱਚ ਇਹਦਾ ਸਬੂਤ ਅਸੀਂ ਦਿੱਤਾ ਇਸ ਡਿਬੇਟ ਦੇ ਰਾਹੀਂ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਇਸ ਫਰਜ਼ ਨੂੰ ਪੂਰੇ ਨਿਰਪੱਖ ਹੋ ਕੇ ਨਿਭਾ ਸਕਾਂ ਉਮੀਦ ਕਰਦਾ ਕਿ ਸਾਡੇ ਚਾਰਾਂ ਭਰਾਵਾਂ ਦਾ ਉਪਰਾਲਾ ਤੁਹਾਨੂੰ ਪਸੰਦ ਹੋਏਗਾ ਸਮੇਂ ਸੀਮਤ ਹੈ ਸੋ ਜਾਜ ਚਾਹੁੰਦੇ ਹਾਂ ਟਿਲ ਨੈਕਸਟ ਟਾਈਮ ਫਿਰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹਾਂਗੇ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਉਸੀ ਨੈਕਸਟ